अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ 'ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ। ਸਿੱਖੀ ਦੀ ਦਾਸਤਾਨ ਪ੍ਰੋਗਰਾਮ ਦੇ ਵਿੱਚ ਪਿਛਲੇ ਵੀਕ ਆਪਾਂ ਗੱਲਬਾਤ ਕਰਕੇ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਸਿੱਖ ਸਰੋਤਾਂ ਦੇ ਵਿੱਚ ਜਿਹੜੀ ਹੈ ਮਿਲਾਵਟ ਕੀਤੀ ਗਈ ਅਤੇ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਸੂਝਵਾਨ ਬੁੱਧੀਜੀਵੀ ਹੋਏ ਨੇ ਪੁਰਾਣੇ ਸਮਿਆਂ ਦੇ ਵਿੱਚ, ਉਹਨਾਂ ਨੇ ਵੀ ਇਸ ਚੀਜ਼ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਹੈ, ਦੱਸਿਆ ਹੈ ਕਿ ਕਿਸ ਕਿਸ ਜਗ੍ਹਾ 'ਤੇ ਜਿਹੜੀ ਮਿਲਾਵਟ ਹੈ ਉਹ ਕੀਤੀ ਗਈ ਹੈ। ਉਹਨਾਂ ਦੇ ਵਿੱਚ ਜੋ ਮਹਾਨ ਸ਼ਖਸੀਅਤ ਭਾਈ ਕਾਨ ਸਿੰਘ ਜੀ ਨਾਭਾ ਅਤੇ ਸੋਹਣ ਸਿੰਘ ਸੀਤਲ ਹੋਣਾ ਦੇ ਜਿਹੜੇ ਪ੍ਰਕਰਨ ਸਨ ਉਹ ਤੁਹਾਡੇ ਸਾਹਮਣੇ ਅਸੀਂ ਰੱਖੇ ਸਨ, ਅਤੇ ਉਹਨਾਂ ਦੇ ਨਾਲ ਨਾਲ ਭਾਈ ਵੀਰ ਸਿੰਘ ਹੋਣਾ ਨੇ ਵੀ ਜਿਹੜਾ ਕਿ ਸਰੋਤਾਂ ਦੇ ਵਿੱਚ ਮਿਲਾਵਟ ਦੀ ਗੱਲ ਕੀਤੀ ਗਈ ਹੈ, ਉਹ ਭਾਈ ਵੀਰ ਸਿੰਘ ਹੋਣਾ ਨੇ ਵੀ ਕੀਤੀ ਹੈ, ਉਹ ਅੱਜ ਅਸੀਂ ਗੱਲਬਾਤ ਤੁਹਾਡੇ ਸਾਹਮਣੇ ਸਾਂਝੀ ਰੱਖਣੀ ਹੈ। ਅਤੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਜਹੇਦਾਰ ਮਹਿੰਦਰ ਸਿੰਘ ਜੀ, ਖਹਿਰਾ ਹੋ, ਇਹਨਾਂ ਦਾ ਸਵਾਗਤ ਕਰੀਏ। ਫਤਿਹ ਦੀ ਸਾਂਝ ਪਾਈ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਹਿਰਾ ਸਾਹਿਬ, ਆਪਾਂ ਸ਼ੁਰੂਆਤ ਇੱਥੋਂ ਹੀ ਕਰਨੀ ਹੈ ਕਿ ਪਿਛਲੇ ਵੀਕ ਆਪਾਂ ਗੱਲਬਾਤ ਕੀਤੀ ਸੀ ਭਾਈ ਕਾਨ ਸਿੰਘ ਨਾਭਾ ਹੋਣਾ ਬਾਰੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ, ਭਾਈ ਸੀਤਲ ਸਿੰਘ ਹੋਣਾ ਨੇ ਦੱਸਿਆ, ਅਤੇ ਹੁਣ ਤੁਸੀਂ ਦੱਸੋ ਕਿ ਕਿਸ ਤਰੀਕੇ ਦੇ ਨਾਲ ਭਾਈ ਵੀਰ ਸਿੰਘ ਹੋਣੀ ਜਿਹੜਾ ਇਸ ਬਾਰੇ ਗੱਲ ਕਰਦੇ ਨੇ। ਸਭ ਤੋਂ ਪਹਿਲਾਂ ਜੀ ਅਕਾਲ ਚੈਨਲ ਦੇ ਸਮੂਹ ਸਰੋਤਿਆਂ ਨੂੰ ਅਦਬ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਸਿੰਘ ਜੀ, ਗੱਲ ਇਹ ਆ ਕਿ ਮੈਂ ਇਹ ਪੂਰੀ ਡਿਟੇਲ 3-4 ਮਿੰਟ 'ਚ ਦੱਸੂੰਗਾ, ਜਿਹੜੀ ਕਿ ਭਾਈ ਸੋਹਣ ਸਿੰਘ ਸੀਤਲ ਨੇ ਆਪਣੀ ਭੂਮਿਕਾ 'ਚ ਭਾਈ ਵੀਰ ਸਿੰਘ ਦਾ ਵੀ ਹਵਾਲਾ ਦਿੱਤਾ ਜੀ, ਕਿਉਂਕਿ ਭਾਈ ਵੀਰ ਸਿੰਘ ਨੂੰ ਵੀ ਬਹੁਤ ਮਿਹਨਤ ਕਰਕੇ ਸੂਰਜ ਪ੍ਰਕਾਸ਼ ਜਾਂ ਪਾਉਣ ਕਹਿੰਦੇ ਹਾਂ ਇਹਦੀ ਜਿਹੜੀ ਸੰਪਾਦਨਾ ਕੀਤੀ ਸੀ ਜੀ, ਔਰ ਉਹ ਸਾਰੇ ਦਾ ਜਿਹੜਾ ਤੱਤ ਕਿੱਦਾਂ ਕੱਢਿਆ ਉਹ ਸਰਦਾਰ ਸੋਹਣ ਸਿੰਘ ਸੀਤਲ ਉਹਨਾਂ ਨੇ ਆਪਣੀ ਭੂਮਿਕਾ 'ਚ ਲਿਖਿਆ, ਉਹ ਮੈਂ ਜ਼ਰੂਰ ਪੜ੍ਹ ਕੇ ਸੁਣਾਊਂਗਾ। ਇੱਕ ਤਾਂ ਉਹਨਾਂ ਨੇ ਭਾਈ ਸੰਤੋਖ ਸਿੰਘ ਬਾਰੇ ਬੜਾ ਸੰਖੇਪ ਕਰਕੇ ਦੱਸ ਦਿੱਤਾ ਜੀ। ਉਹ ਕਹਿੰਦੇ ਕਿ ਭਾਈ ਸੰਤੋਖ ਕਵੀ ਸੰਤੋਖ ਸਿੰਘ ਜੀ ਦਾ ਜਨਮ 1845 ਬਿਕਰਮੀ ਨੂੰ ਨਗਰ ਨੂਰ ਦੀ ਸਰਾਂ ਵਿੱਚ ਹੋਇਆ, ਜਿਸ ਨੂੰ ਨੂਰ ਦੀ ਸਰਾਂ ਵੀ ਕਿਹਾ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਦੇਵਾ ਸਿੰਘ, ਮਾਤਾ ਦਾ ਨਾਮ ਆਜ਼ਾਦੀ ਸੀ। ਭਾਈ ਸੰਤੋਖ ਸਿੰਘ ਦੇ ਪਿਤਾ ਭਾਈ ਦੇਵਾ ਸਿੰਘ ਜੀ ਬਾਣੀ ਦੇ ਰਸੀਏ, ਵਿਦਵਾਨ, ਵਿੱਦਿਆ ਪ੍ਰੇਮੀ ਸਨ। ਕਵੀ ਸੰਤੋਖ ਸਿੰਘ ਨੇ ਮੁੱਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ। ਸੰਤੋਖ ਸਿੰਘ ਜੀ ਜਮਾਂਦਰੂ ਕਵੀ ਸਨ, ਛੋਟੀ ਉਮਰ ਤੋਂ ਹੀ ਉਹਨਾਂ ਕਵਿਤਾ ਰਚਨੀ ਸ਼ੁਰੂ ਕਰ ਦਿੱਤੀ। ਉਸ ਦੀ ਇਸ ਰੁਚੀ ਨੂੰ ਵੇਖ ਕੇ ਭਾਈ ਸੰਤੋਖ ਸਿੰਘ ਦੇ ਪਿਤਾ ਭਾਈ ਦੇਵਾ ਸਿੰਘ ਨੇ ਉਹਨਾਂ ਨੂੰ ਅੰਮ੍ਰਿਤਸਰ ਗਿਆਨੀ ਸੰਤ ਸਿੰਘ ਜੀ ਦੇ ਹਵਾਲੇ ਕਰ ਦਿੱਤਾ। ਸਿੱਖਾਂ ਦੇ ਰਾਜ ਸਮੇਂ ਗਿਆਨੀ ਸੰਤ ਸਿੰਘ ਜੀ ਇੱਕ ਮਹਾਨ ਅਸਤੀ ਮੰਨੇ ਜਾਂਦੇ ਸਨ। ਆਪ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਪੁਰਤਦਾਰ ਸਨ। ਗਿਆਨੀ ਸੰਤ ਜੀ ਆਪ ਮਹਾਨ ਵਿਦਵਾਨ ਸਨ। ਗਿਆਨੀ ਸੰਤ ਸਿੰਘ ਜੀ ਦੀ ਛਤਰ ਛਾਇਆ ਥੱਲੇ ਕਵੀ ਸੰਤੋਖ ਸਿੰਘ ਜੀ ਨੇ ਉੱਚੀ ਵਿੱਦਿਆ ਪ੍ਰਾਪਤ ਕੀਤੀ। ਆਪ ਬ੍ਰਿਜ ਭਾਸ਼ਾ ਸੰਸਕ੍ਰਿਤ ਦੇ ਮਹਾਨ ਪੰਡਿਤ ਸਨ ਅਤੇ ਭਾਈ ਸੰਤੋਖ ਸਿੰਘ ਜੀ ਨੇ ਅੰਮ੍ਰਿਤ ਵੀ ਸੰਤ ਸਿੰਘ ਜੀ ਹੋਣਾ ਦੇ ਇੱਥੋਂ ਹੀ ਛਕਿਆ। ਇਹ ਮਹਾਨ ਗੁਰਪ੍ਰਤਾਪ ਸੂਰਜ ਗ੍ਰੰਥ ਆਪ ਜੀ ਨੇ ਪਿੰਡ ਕੈਂਥਲ ਵਿਖੇ ਲਿਖਿਆ। ਇੱਥੇ ਆਪ ਜੀ ਨੇ ਗਰੀਬ ਗੰਜਨੀ ਟੀਕਾ ਜਪਜੀ ਸਾਹਿਬ, ਵਾਲਮੀਕੀ ਰਮਾਇਣ ਅਤੇ ਪੁਰਾਣ ਦਾ ਟੀਕਾ ਕੀਤਾ। ਸਭ ਤੋਂ ਅੰਤ ਵਿੱਚ ਇਹ ਮਹਾਨ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਜੀ ਨੇ 1835 ਈਸਵੀ ਵਿੱਚ ਸ਼ੁਰੂ ਕੀਤਾ, 1843 ਵਿੱਚ ਸੰਪੂਰਨ ਕੀਤਾ। ਗ੍ਰੰਥ ਸੰਪੂਰਨ ਹੋਣ ਦੀ ਖੁਸ਼ੀ ਵਿੱਚ, ਇਹ ਅਸੀਂ ਤਾਂ ਬੈਕਗਰਾਊਂਡ ਦੱਸ ਰਹੇ ਹਾਂ ਜੀ ਕਿ ਇਹ ਸੂਰਜ ਪ੍ਰਕਾਸ਼ ਦੀ ਬੈਕਗਰਾਊਂਡ ਬਾਰੇ ਵੀ ਸਾਰੀ ਗੱਲ ਦਾ ਆਪਾਂ ਨੂੰ ਪਤਾ ਲੱਗ ਸਕੇ ਜੀ ਜੀ ਜੀ। ਖੁਸ਼ੀ ਵਿੱਚ ਕਵੀ ਸੰਤੋਖ ਸਿੰਘ ਜੀ ਸਣੇ ਪਰਿਵਾਰ ਅੰਮ੍ਰਿਤਸਰ ਆਏ ਅਤੇ ਆਪਣੇ ਵਿੱਦਿਆ ਦਾਤਾ ਗਿਆਨੀ ਸੰਤ ਸਿੰਘ ਜੀ ਦੇ ਸਪੁੱਤਰ ਗਿਆਨੀ ਗੁਰਮੁਖ ਸਿੰਘ ਰਾਹੀਂ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਜੀ ਨੇ ਅਕਾਲ ਤਖ਼ਤ 'ਤੇ ਭੇਠਾ ਕਰ ਦਿੱਤਾ। ਕੁਝ ਦਿਨ ਭਾਈ ਸੰਤੋਖ ਸਿੰਘ ਜੀ ਅੰਮ੍ਰਿਤਸਰ ਰਹਿ ਫਿਰ ਕੈਥਲ ਚਲੇ ਗਏ। ਉੱਥੇ ਜਾ ਕੇ ਇਸੇ ਸਾਲ ਹੀ ਕੱਤਕ 1900 ਬਿਕਰਮੀ 1843 ਈਸਵੀ ਨੂੰ ਆਪ ਜੀ ਸਵਰਗਵਾਸ ਹੋ ਗਏ। ਕਵੀ ਜੀ ਆਪਣੇ ਪਿੱਛੇ 5 ਪੁੱਤਰ 3 ਪੁੱਤਰੀਆਂ ਛੱਡ ਗਏ। ਉਹਨਾਂ ਦੀ ਯਾਦਗਾਰ ਵੀ ਉਹਨਾਂ ਦੇ ਪਿੰਡ ਬਣੀ। ਨਾਨਕ ਪ੍ਰਕਾਸ਼ ਅਤੇ ਗੁਰਪ੍ਰਤਾਪ ਸੂਰਜ ਦੋ ਵੈਸੇ, ਪਹਿਲਾ ਸੀ ਨਾਨਕ ਪ੍ਰਕਾਸ਼ ਸੂਰਜ, ਉਹ ਵੀ ਦੋਵੇਂ ਹਿੱਸਿਆਂ 'ਚ ਉੱਤਰਾ ਪੂਰਬ, ਦੂਜਾ ਹੋ ਗਿਆ ਗੁਰਪ੍ਰਤਾਪ ਸੂਰਜ।
ਇਹ ਸਾਰੇ ਨੂੰ ਫਿਰ ਜਿਹੜਾ ਪ੍ਰਚਲਿਤ ਹੋਇਆ ਹੈ ਸੂਰਜ ਪ੍ਰਕਾਸ਼ ਦੇ ਨਾਂ 'ਤੇ। ਠੀਕ। ਉਹ ਕਹਿੰਦੇ ਗੁਰਪ੍ਰਤਾਪ ਸੂਰਜ ਅਰਥਾਤ ਸੂਰਜ ਪ੍ਰਕਾਸ਼ ਆਪਣੇ ਆਪ ਵਿੱਚ ਇੱਕ ਮਹਾਨ ਗ੍ਰੰਥ ਹੈ। ਕਵਿਤਾ ਵਿੱਚ ਏਡਾ ਵੱਡਾ ਗ੍ਰੰਥ ਕਵੀ ਸੰਤੋਖ ਸਿੰਘ ਤੋਂ ਬਿਨਾਂ ਕਿਸੇ ਹੋਰ ਸੱਜਣ ਨੇ ਰਚਿਆ ਹੋਵੇ ਇਹਦੀ ਮਿਸਾਲ ਘੱਟ ਹੀ ਮਿਲਦੀ ਹੈ। ਇਸ ਗੱਲ 'ਤੇ ਦੂਸਰੀ ਰਾਇ ਨਹੀਂ ਹੋ ਸਕਦੀ ਕਿ ਇਹ ਉੱਤਮ ਕਵਿਤਾ ਦਾ ਨਮੂਨਾ ਇੱਕ ਮਹਾਨ ਗ੍ਰੰਥ ਹੈ, ਪਰ ਕਿਉਂਕਿ ਇਸ ਵਿੱਚ ਗੁਰੂ ਸਾਹਿਬਾਨ ਦਾ ਇਤਿਹਾਸ ਦਰਜ ਹੈ, ਇਸ ਲਈ ਇਸ ਉੱਤੇ ਹੋਰ ਕਈਆਂ ਪੱਖਾਂ ਤੋਂ ਵਿਚਾਰ ਕਰਨਾ ਵੀ ਜ਼ਰੂਰੀ ਹੈ। ਠੀਕ। ਗਿਆਨੀ ਸੋਹਣ ਸਿੰਘ ਜੀ ਸੀਤਲ ਲਿਖਦੇ ਹਨ ਕਿ ਹੋਰ ਕੁਝ ਲਿਖਣ ਤੋਂ ਪਹਿਲਾਂ ਮੈਂ ਆਪਣਾ ਮਨੋਰਥ ਦੱਸ ਲਵਾਂ। ਅੱਜ ਏਡੇ ਵੱਡੇ ਬ੍ਰਿਜ ਭਾਸ਼ਾ ਵਿੱਚ ਲਿਖੇ ਗ੍ਰੰਥ ਪੜ੍ਹਨ ਦਾ ਪਾਠਕਾਂ ਪਾਸ ਪ੍ਰਚਾਰਕਾਂ ਪਾਸ ਵੀ ਟਾਈਮ ਨਹੀਂ ਹੈ। ਫਿਰ ਬਹੁਤੇ ਸਿੱਖ ਪਾਠਕ ਇਹਦੀ ਗੁੰਝਲਦਾਰ ਭਾਸ਼ਾ ਵੀ ਸਮਝ ਨਹੀਂ ਸਕਦੇ। ਮੇਰਾ ਨਿਸ਼ਾਨਾ ਹੈ ਸਿੱਖ ਇਤਿਹਾਸ ਦੇ ਸੋਮੇ ਵਿੱਚ ਇਹਨਾਂ ਪੁਰਾਤਨ ਗ੍ਰੰਥਾਂ ਨੂੰ ਸੰਖੇਪ ਅਤੇ ਸੌਖੇ ਕਰਕੇ ਪਾਠਕਾਂ ਤੱਕ ਪਹੁੰਚਾਉਣਾ ਹੈ। ਸੂਰਜ ਪ੍ਰਕਾਸ਼ ਵਿਚਲੇ ਕਿਸੇ ਸਰੋਤ ਨੂੰ ਮੈਂ, ਇਹ ਗਿਆਨੀ ਸੋਹਣ ਸਿੰਘ ਜੀ ਸੀਤਲ ਕਰ ਰਿਹਾ। ਠੀਕ। ਸੂਰਜ ਪ੍ਰਕਾਸ਼ ਵਿਚਲੇ ਕਿਸੇ ਸਰੋਤ ਨੂੰ ਮੈਂ ਸਾਹਿਤਕ ਪੱਖ ਤੋਂ ਨਹੀਂ ਲਿਆ, ਸਗੋਂ ਇਹਨਾਂ ਦਾ ਇਤਿਹਾਸਕ ਅਤੇ ਸਿਧਾਂਤਕ ਪੱਖ ਹੀ ਲਿਆ ਹੈ। ਪਰ ਸੰਖੇਪ ਕਰਨ ਲੱਗਿਆਂ ਮੈਂ ਕੋਈ ਘਟਨਾ ਨਹੀਂ ਛੱਡੀ। ਆਹ ਨੋਟ ਕਰਨ ਵਾਲੀ ਗੱਲ ਹੈ ਜੀ, ਗਿਆਨੀ ਸੋਹਣ ਸਿੰਘ ਹੋਣੀ ਕਹਿ ਰਿਹਾ। ਜਿਹੜਾ ਲਿਖਤੀ ਗ੍ਰੰਥ ਕਵੀ ਸੰਤੋਖ ਸਿੰਘ ਜੀ ਨੇ ਅਕਾਲ ਤਖ਼ਤ 'ਤੇ ਭੇਟਾ ਕੀਤਾ ਸੀ ਉਹ ਅੱਜ ਨਹੀਂ ਮਿਲਦਾ। ਅੱਛਾ। ਓਰਿਜਨਲ। ਅੱਛਾ ਜੀ। ਉਸ ਤੋਂ ਬਹੁਤ ਸਾਰੇ ਉਤਾਰੇ ਹੋਏ, ਹੋ ਸਕਦਾ ਹੈ ਕਿ ਕੁਝ ਪੂਰੇ ਜਾਂ ਅਧੂਰੇ ਉਤਾਰੇ ਕੈਥਲ ਵਿੱਚ ਵੀ ਹੋਏ ਹੋਣ। ਉਤਾਰਾ ਕਰਨ ਲੱਗਿਆਂ ਕੁਝ ਵਾਧਾਂ ਘਾਟਾਂ ਵੀ ਹੋ ਸਕਦੀਆਂ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਗ੍ਰੰਥ ਉੱਤੇ ਬਹੁਤ ਮਿਹਨਤ ਕੀਤੀ ਹੈ। ਪਹਿਲਾਂ ਤਾਂ ਖੋਜ ਕਰਕੇ ਕਈ ਖਰੜੇ ਪ੍ਰਾਪਤ ਕੀਤੇ ਭਾਈ ਵੀਰ ਸਿੰਘ ਜੀ ਨੇ। ਠੀਕ ਹੈ। ਇਹ ਗਿਆਨੀ ਸੋਹਣ ਸਿੰਘ ਜੀ ਹੁਣੇ ਲਿਖ ਰਹੇ ਆ। ਪਹਿਲਾਂ ਤਾਂ ਖੋਜ ਕਰਕੇ ਕਈ ਖਰੜੇ ਪ੍ਰਾਪਤ ਕੀਤੇ, ਫਿਰ ਸਾਰਿਆਂ ਦਾ ਟਾਕਰਾ ਕਰਕੇ ਸਹੀ ਪਾਠ ਕਰਕੇ ਉਸ ਦਾ ਸਵਿਸਤਾਰ ਟੀਕਾ ਛਾਪਿਆ। ਇਹ ਉਹਨਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਭਾਈ ਵੀਰ ਸਿੰਘ ਜੀ ਦੀ। ਪਰ ਸੋਹਣ ਸਿੰਘ ਜੀ ਸੀਤਲੋਣੀ ਉਦੋਂ ਲਿਖਦੇ ਹਨ ਕਿ ਅਫਸੋਸ ਹੈ ਕਿ ਅੱਜ ਕੱਲ੍ਹ ਭਾਈ ਵੀਰ ਸਿੰਘ ਵਾਲਾ ਇਹ ਸਹੀ ਟੀਕਾ ਵੀ ਬਾਜ਼ਾਰ ਵਿੱਚੋਂ ਨਹੀਂ ਮਿਲਦਾ। ਅੱਛਾ ਜੀ। ਮੇਰੇ ਪਾਸ ਇਸ ਦੀ ਪਹਿਲੀ ਪੋਥੀ ਹੈ ਭਾਈ ਸੀਤਲ ਸਿੰਘ ਜੀ ਪਾਸ, ਜੋ ਇਸ ਗ੍ਰੰਥ ਦੀ ਭੂਮਿਕਾ ਵਜੋਂ ਹੈ। ਉਸ ਵਿੱਚ ਕਵੀ ਜੀ ਦਾ ਜੀਵਨ ਅਤੇ ਇਸ ਮਹਾਨ ਗ੍ਰੰਥ ਦਾ ਮੁੱਖ ਬੰਧ ਹੀ ਹੈ। ਬਾਕੀ ਦਾ ਟੀਕਾ ਯਤਨ ਕਰਨ 'ਤੇ ਵੀ ਨਹੀਂ ਲੱਭਾ, ਜੋ ਗਿਆਨੀ ਸੋਹਣ ਸਿੰਘ ਜੀ ਹੋਣੀ ਕਹਿ ਰਹੇ, ਜਿਹੜਾ ਭਾਈ ਵੀਰ ਸਿੰਘ ਹੋਣਾ ਨੇ ਇੰਨੀ ਮਿਹਨਤ ਕਰਕੇ ਕੀਤਾ ਬਣਾਇਆ ਸੀ। ਉਹ ਕਹਿੰਦੇ ਇਹਦੀ ਭੂਮਿਕਾ ਵਿੱਚ ਜਿਹੜੀ ਉਹਨਾਂ ਦੇ ਕੋਲ ਸੀਗੀ, ਇਸ ਭੂਮਿਕਾ ਵਿੱਚ ਭਾਈ ਵੀਰ ਸਿੰਘ ਜੀ ਦੀ ਇਹ ਰਾਏ ਬੜੀ ਹੀ ਵਜ਼ਨਦਾਰ ਹੈ ਭਾਈ ਵੀਰ ਸਿੰਘ ਦੀ, ਕਿ ਭਾਈ ਸੰਤੋਖ ਸਿੰਘ ਜੀ ਇਸ ਗ੍ਰੰਥ ਦੀ ਰਚਨਾ ਵਿੱਚ ਨਿਰਕੁਸ਼ ਚੱਲਣਾ ਚਾਹੁੰਦੇ ਸਨ, ਪਰ ਉਹਨਾਂ ਦੇ ਸਿਰ 'ਤੇ ਚਾਰ ਕੁ ਹੋਰ ਪੰਡਿਤ ਵਿਦਵਾਨਾਂ ਦਾ ਕੁੰਡਾ ਲੱਗਾ ਹੋਇਆ ਸੀ। ਇਹ ਲਗਾਏ ਤਾਂ ਤੈਅ ਗਏ ਸਨ ਇਹਨਾਂ ਦੀ ਸਹਾਇਤਾ ਵਾਸਤੇ, ਪਰ ਇਹਨਾਂ ਦਾ ਪ੍ਰਭਾਵ ਕੁੰਡੇ ਵਾਲਾ ਹੀ ਸੀ। ਇਹ ਬ੍ਰਾਹਮਣ ਬ੍ਰਾਹਮਣੀ ਖਿਆਲਤ ਦੇ ਸਨ, ਇਹ ਗੁਰਸਿੱਖੀ ਦੇ ਆਦਰਸ਼ਾਂ ਨੂੰ ਨਹੀਂ ਸਮਝਦੇ ਸਨ। ਇਸ ਗ੍ਰੰਥ ਨੂੰ ਨਰੋਲ ਬ੍ਰਾਹਮਣੀ ਖਿਆਲਤ ਦਾ ਸੀਸਾ ਬਣਾਉਣਾ ਚਾਹੁੰਦੇ ਸਨ। ਕਵੀ ਜੀ ਜਦੋਂ ਬ੍ਰਾਹਮਣਾਂ ਨਾਲ ਸਹਿਮਤ ਨਹੀਂ ਸੀ ਹੁੰਦੇ, ਅਤੇ ਕਈ ਵਾਰ ਉਹਨਾਂ ਦੀਆਂ ਸ਼ਿਕਾਇਤਾਂ ਵੀ ਹੋ ਜਾਇਆ ਕਰਦੀਆਂ ਸਨ, ਕਿਉਂਕਿ ਇਹਨਾਂ ਨੂੰ ਪੈਸੇ ਉਹ ਜਿਹੜੇ ਉਸ ਵੇਲੇ ਦੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਕਵੀ ਦਰਬਾਰ ਸੀ ਉਹ ਦਿੰਦੇ ਸੀ। ਅੱਛਾ ਜੀ। ਇਸ ਗੱਲ ਦਾ ਕਵੀ ਜੀ ਨੂੰ ਤੋਖਲਾ ਵੀ ਸੀ ਕਿ 10 ਗੁਰੂ ਸਾਹਿਬਾਨਾਂ ਦਾ ਜਸ ਕਰਨ ਸਮੇਂ ਜੇ ਮੈਂ ਇੱਥੇ ਬੱਜ ਗਿਆ, ਅਤੇ ਜੇ ਮੈਂ ਰਾਜਸੀ ਸਹਾਇਤਾ ਤੋਂ ਦੂਰ ਆਪਣੇ ਆਸਰੇ 'ਤੇ ਚਲਾ ਗਿਆ, ਅਤੇ ਇਹ ਕੰਮ ਕਿਤੇ ਵਿੱਚ ਨਾ ਰਹਿ ਜਾਵੇ। ਇਸ ਕਰਕੇ ਉਹਨਾਂ ਸਿਰ ਕੁੰਡਿਆਂ ਨਾਲ, ਮਤਲਬ ਬ੍ਰਾਹਮਣਾਂ ਦੇ ਨਾਲ, ਕਈ ਥਾਂ ਕੁਝ ਸਮਝੌਤਾ ਵੀ ਕਰ ਲੈਂਦੇ। ਉਹਨਾਂ ਦਾ ਆਖਿਆ ਕੁਝ ਪਾ ਵੀ ਦਿੱਤਾ, ਕੁਝ ਨਾ ਵੀ ਪਾਇਆ। ਇਹ ਜਦੋਂ ਉਹਨਾਂ ਨੇ ਲਿਖਿਆ, ਜੋ ਭਾਈ ਵੀਰ ਸਿੰਘ ਦੀ ਪੜਚੋਲ ਆ ਜੀ। ਅਸਲ ਬਿਮਾਰੀ ਕੈਥਲ ਵਿੱਚ ਹੀ ਨਹੀਂ, ਹੋਰ ਸਿੱਖ ਹੁਕਮਰਾਨਾਂ ਦੇ ਦਰਬਾਰ ਵਿੱਚ ਵੀ ਪੰਡਿਤਾਂ ਦਾ ਬੋਲਬਾਲਾ ਸੀ। ਬਾਕੀ ਹਿੰਦੂਆਂ ਵਾਂਗ ਉਹ ਵਿਦਵਾਨ ਪੰਡਿਤ ਸਿੱਖਾਂ ਨੂੰ ਵੀ ਆਪਣੇ ਅਧੀਨ ਰੱਖਣਾ ਚਾਹੁੰਦੇ ਸਨ।
ਸਾਡੇ ਪੁਰਾਣੇ ਇਤਿਹਾਸ ਇਸੇ ਪ੍ਰਭਾਵ ਥੱਲੇ ਲਿਖੇ ਗਏ ਹਨ। ਕਵੀ ਜੀ ਪੁਰਾਤਨ ਹਿੰਦੂ ਗ੍ਰੰਥਾਂ ਦੇ ਗਿਆਤਾ ਸਨ, ਇਸ ਦਾ ਵੀ ਉਹਨਾਂ ਦੇ ਮਨ 'ਤੇ ਅਸਰ ਹੋਣਾ ਸੁਭਾਵਿਕ ਸੀ। ਪੁਰਾਤਨ ਸਾਰੇ ਇਤਿਹਾਸਾਂ ਵਿੱਚੋਂ ਸੂਰਜ ਪ੍ਰਕਾਸ਼ ਦੀ ਸਿੱਖਾਂ ਵਿੱਚ ਮਾਨਤਾ ਵਧੇਰੇ ਹੈ। 19ਵੀਂ ਸਦੀ ਦੇ ਆਰੰਭ ਵਿੱਚ ਗੁਰਦੁਆਰਿਆਂ ਵਿੱਚ ਇਸ ਦੀ ਆਮ ਕਥਾ ਹੁੰਦੀ ਸੀ। ਭਾਈ ਵੀਰ ਸਿੰਘ ਜੀ ਇੱਕ ਥਾਂ ਲਿਖਦੇ ਹਨ ਕਿ ਦੇ ਆਹ ਨੋਟ ਕਰਨ ਵਾਲੀ ਗੱਲ ਆ ਜੀ ਜੀ, ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਇਹ ਰੌਲਾ ਪਿਆ ਨਾ ਜੀ, ਇਹ ਦੇਵੀ ਦੇ ਪ੍ਰਸੰਗ ਵਾਲਾ ਪਿਆ। ਅਤੇ ਇਹ ਭਾਈ ਵੀਰ ਸਿੰਘ ਜੀ ਹੁਣਾਂ ਦੀ ਜਿਹੜੀ ਇਹ ਖੋਜ ਇਹ ਕਹਿ ਰਹੀ ਹੈ ਵੀ ਜਿਹੜਾ ਇਹ ਸੀ ਨਾ ਜੀ ਵਿੱਚ ਦੇਵੀ ਦਾ ਪ੍ਰਸੰਗ ਪਾਉਣ ਵਾਲੀ ਗੱਲ। ਭਾਈ ਵੀਰ ਸਿੰਘ ਜੀ ਇੱਕ ਥਾਂ ਲਿਖਦੇ ਹਨ ਕਿ ਦੇਵੀ ਦੇ ਪ੍ਰਸੰਗ ਲਿਖਣ ਬਾਬਤ ਕਵੀ ਜੀ ਨੇ ਆਪਣੇ ਪੁੱਤਰ ਅਜੇ ਸਿੰਘ ਵੱਲੋਂ ਤਲਵਾਰ ਦੇ ਡਰ ਨਾਲ ਮਜਬੂਰ ਕੀਤਾ ਜਾਣਾ ਕਵੀ ਜੀ ਦੇ ਪਰਿਵਾਰ ਦੇ ਲਗਭਗ ਸਾਰੇ ਬੰਦੇ ਦੱਸਦੇ ਹਨ ਕਿ ਉਹਨਾਂ ਦੇ ਪੁੱਤਰ ਨੂੰ ਕੋਈ ਲਾਲਚ ਦਿੱਤਾ ਗਿਆ। ਉਹਨਾਂ ਨੇ ਕਵੀ ਸੰਤੋਖ ਸਿੰਘ ਨੂੰ ਬਹੁਤ ਜ਼ਬਰਦਸਤ ਡਰਾਵਾ ਦੇ ਕੇ ਇਹ ਦੇਵੀ ਦਾ ਪ੍ਰਸੰਗ ਜਿਹੜਾ ਇਹ ਸੂਰਜ ਪ੍ਰਕਾਸ਼ 'ਚ ਲਿਖਵਾਇਆ। ਇਹ ਪੜਚੋਲ ਕਹਿ ਰਹੀ ਭਾਈ ਵੀਰ ਸਿੰਘ ਜੀ ਉਹਨਾਂ ਦੀ। ਠੀਕ, ਭਾਈ ਵੀਰ ਸਿੰਘ ਦੀਆਂ ਕੁਝ ਹੋਰ ਸਤਰਾਂ ਵੀ ਬੜੀਆਂ ਮਹੱਤਵਪੂਰਨ ਹਨ ਕਿ ਵਿਸ਼ੇਸ਼ ਸਿੱਖ ਗਿਆਨੀਆਂ ਦਾ ਰੌਂ ਉਸ ਸਮੇਂ ਇਹ ਸੀ ਕਿ ਹਿੰਦੂ ਲੋਕ ਸਿੱਖ ਗੁਰੂ ਸਾਹਿਬਾਨ ਨੂੰ ਅਵਤਾਰ ਮੰਨ ਲੈਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਦ ਸਥਾਨੀ ਦਾ ਦਰਜਾ ਦੇ ਦੇਣ। ਇਹ ਅਸੂਲ ਵੀ ਸਿੱਖਾਂ 'ਚ ਤਦੋਂ ਪਰਿਪੱਕ ਸੀ ਕਿ ਨਿੰਦਿਆ ਕਿਸੇ ਦੀ ਨਹੀਂ ਕਰਨੀ, ਆਪਣੇ ਸਤਿਗੁਰਾਂ ਨੂੰ ਸਭ ਤੋਂ ਸ੍ਰੇਸ਼ਟ ਜਾਣਨਾ। ਇਸ ਲਈ ਉਹ ਦੂਸਰੇ ਮਤ ਦੇ ਬਜ਼ੁਰਗਾਂ ਨੂੰ ਸਤਿਕਾਰ ਦੇ ਨਾਲ ਹੀ ਲਿਖਿਆ ਕਰਦੇ ਸਨ, ਪਰ ਇਸ ਬਾਰੇ ਡਾਕਟਰ ਜੈ ਭਗਵਾਨ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਕਵੀ ਸੰਤੋਖ ਸਿੰਘ ਨੇ ਗੁਰੂਆਂ ਦੇ ਨਾਲ ਨਾਲ ਹਿੰਦੂ ਦੇਵਤਿਆਂ ਦੀ ਉਸਤਤ ਵੀ ਕੀਤੀ। ਇਸ ਲਈ ਉਹ ਧਾਰਮਿਕ ਤੌਰ 'ਤੇ ਬੜੇ ਆਧਾਰ ਸੀ। ਪਰ ਭਾਈ ਵੀਰ ਸਿੰਘ ਜੀ ਹੁਣੀ ਕਹਿੰਦੇ ਹਨ ਕਿ ਆਧਾਰ ਹੋਣ ਦਾ ਅਰਥ ਇਹ ਵੀ ਨਹੀਂ ਕਿ ਆਪਣੇ ਧਰਮ ਦੇ ਨਾਲ ਕੁਝ ਨਿਯਮ ਦੂਸਰੇ ਧਰਮ ਦੇ ਅਪਣਾ ਲਏ ਜਾਣ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਅਤੇ ਆਪਣੇ ਧਰਮ ਦਾ ਭਗਵਾਕਰਨ ਕਰ ਦਿੱਤਾ ਜਾਵੇ, ਭਾਵੇਂ ਉਹ ਆਪਣੇ ਧਰਮ ਦੇ ਉਲਟ ਕਿਉਂ ਨਾ ਹੋਣ। ਆਧਾਰ ਦਾ ਅਰਥ ਹੈ ਆਪਣੇ ਧਰਮ ਵਿੱਚ ਪੱਕੇ ਰਹਿੰਦੇ ਹੋਏ ਦੂਸਰੇ ਧਰਮਾਂ ਨਾਲ ਈਰਖਾ ਨਾ ਕਰਨੀ ਅਤੇ ਸਾਰਿਆਂ ਨੂੰ ਆਪਣੇ ਧਰਮ ਵਿੱਚ ਪੱਕਾ ਰਹਿਣ ਦਾ ਉਪਦੇਸ਼ ਦੇਣਾ, ਪਰ ਆਪਣੇ ਧਰਮ 'ਚ ਮਿਲਾਵਟ ਨਹੀਂ ਕਰਨੀ। ਕਵੀ ਸੰਤੋਖ ਸਿੰਘ ਜੀ ਜਦੋਂ ਇਹ ਗ੍ਰੰਥ ਲਿਖ ਰਹੇ ਸਨ ਤਾਂ ਉਸ ਸਮੇਂ ਲਾਹੌਰ ਦਰਬਾਰ ਦੇ ਡੋਗਰੇ ਅਹਿਲਕਾਰ ਵੀ ਸਿੱਖੀ ਵਿੱਚ ਰਲੇ ਪਵਾ ਰਹੇ ਸਨ। ਇਹ ਆਪਾਂ ਪਿਛਲੇ ਹਫ਼ਤੇ ਜ਼ਿਕਰ ਕਰਿਆ। ਸੋ ਸਾਰੇ ਦੇਸ਼ ਵਿੱਚ ਨਰੋਲ ਸਿੱਖੀ ਦੇ ਖਿਆਲਾਂ ਵਿੱਚ ਵਿਪਰਵਾਦੀ ਦਾ ਰਲਵਾਂ ਰੰਗ ਪੈ ਰਿਹਾ ਸੀ। ਰਾਜੇ ਸਰਦਾਰ ਰਾਜਸੀ ਕੰਮਾਂ 'ਚ ਰੁੱਝੇ ਸੀ। ਸਿੱਖ ਧਰਮ ਵਿੱਚ ਰਲਾ ਪਾਉਣ ਦਾ ਰੌਂ ਪੂਰੀ ਤੌਰ 'ਤੇ ਚੱਲ ਰਿਹਾ ਸੀ। ਬੰਦਾ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਛੇਤੀ ਹੀ ਸਿੱਖ ਇਤਿਹਾਸ ਅਤੇ ਸਿੱਖ ਮਰਿਆਦਾ ਵਿੱਚ ਇਹ ਮਿਲਾਵਟ ਹੋਣੀ ਸ਼ੁਰੂ ਹੋ ਗਈ। ਇਹ ਸੁਭਾਵਿਕ ਜਾਂ ਅਚਨਚੇਤ ਨਹੀਂ ਹੋਈ, ਸਗੋਂ ਗਿਣ ਮਿਥ ਕੇ ਰਲੇਵੇਂ ਦਾ ਕੰਮ ਸ਼ੁਰੂ ਕੀਤਾ ਗਿਆ। ਬ੍ਰਾਹਮਣੀ ਖਿਆਲਾਂ ਦੇ ਲੋਕ ਅਜੇ ਤੱਕ ਵੀ ਇਸ ਯਤਨ ਵਿੱਚ ਲੱਗੇ ਹੋਏ ਹਨ। ਅੰਤ ਵਿੱਚ ਗਿਆਨੀ ਸੋਹਣ ਸਿੰਘ ਜੀ ਹੁਣੇ ਲਿਖਦੇ ਆ ਜੀ, ਅੰਤ ਵਿੱਚ ਸਾਡੀ ਸੰਤੋਖ ਸਿੰਘ ਜੀ ਬਾਰੇ ਰਾਏ ਹੈ ਕਿ ਉਹ ਅੰਮ੍ਰਿਤਧਾਰੀ ਸਿੰਘ ਸਨ, ਪਰ ਉਕਤ ਕਾਰਨਾਂ ਕਰਕੇ ਜੋ ਕੁਝ ਉਹਨਾਂ ਲਿਖਿਆ, ਭਾਵੇਂ ਉਹਨਾਂ ਦਬਾਅ ਥੱਲੇ ਆ ਕੇ ਲਿਖਿਆ, ਵਿਪਰਾਂ ਦੇ ਪ੍ਰਭਾਵ ਥੱਲੇ ਆ ਕੇ ਲਿਖਿਆ, ਇਸ ਲਈ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਮੁੱਚੀ ਰਚਨਾ ਸਿੱਖ ਸਿਧਾਂਤ ਅਨੁਸਾਰ ਨਹੀਂ ਹੈ, ਗੁਰਬਾਣੀ ਦੀ ਕਸਵੱਟੀ 'ਤੇ ਪਰਖ ਲੈਣੀ ਚਾਹੀਦੀ ਜੀ। ਇਹ ਭਾਈ ਸੰਤੋਖ ਸਿੰਘ ਜੀ, ਭਾਈ ਸੋਹਣ ਸਿੰਘ ਜੀ ਹੁਣਾਂ ਨੇ ਭਾਈ ਵੀਰ ਸਿੰਘ ਵਾਲੀ ਸਾਰੀ ਭੂਮਿਕਾ ਦਾ ਲਿਖ ਦਿੱਤਾ ਜੀ। ਹੁਣ ਇਹਦੇ ਜਿਹੜੀ ਜਗਜੀਤ ਸਿੰਘ ਜੀ ਆ, ਜਿਹੜਾ ਦੇਵੀ ਦਾ ਪ੍ਰਸੰਗ ਜਿਹੜਾ ਮੇਨ ਹਾਈਲਾਈਟ ਕੀਤਾ ਜਾ ਰਿਹਾ ਜੀ, ਇਹਦੇ ਬਾਰੇ ਵੈਸੇ ਆਪਾਂ ਸੁਣਦੇ ਆਏ, ਪਰ ਫਿਰ ਵੀ ਮੈਂ ਰਿਪੀਟ ਕਰਾਂ ਕਿ ਇਹ ਕੇਸ਼ਵ ਦਾਸ ਬਾਹਮਣ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਕਿ ਮੈਂ ਦੇਵੀ ਪ੍ਰਗਟ ਕਰ ਸਕਦਾ ਜੀ। ਇਹਨਾਂ ਕੋਲੋਂ ਕੋਈ ਸਮੱਗਰੀ ਲਈ 3-4 ਦਿਨ ਲੱਗਾ ਰਿਹਾ, ਦੇਵੀ ਪ੍ਰਗਟ ਨਾ ਹੋਈ। ਕੇਸ਼ਵ ਦਾਸ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਇੰਨੇ ਦਿਨ ਹੋ ਗਏ ਤਾਂ ਦੇਵੀ ਪ੍ਰਗਟ ਕਿਉਂ ਨਹੀਂ ਹੋਈ।
ਤੇ ਕੇਸ਼ਵ ਦਾਸ ਨੇ ਕਾਵ ਦੇ ਵੱਲੋਂ ਉੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਵੀ ਦੇਵੀ ਜਿਹੜੀ ਆ ਉਹਦੀ ਮੇਰੇ ਨਾਲ ਰਾਤੀਂ ਗੱਲ ਹੋਈ ਹੈ, ਪਰ ਉਹ ਮੰਗਦੀ ਹੈ ਤੁਹਾਡੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ, ਬਲੀ। ਕੇਸ਼ਵ ਦਾਸ ਦਾ ਸੀ ਕਿ ਨਾ ਇਹ ਗੁਰੂ ਸਾਹਿਬ ਬਲੀ ਦੇਣ, ਬਲੀ ਦੇਣਗੇ ਤਾਂ ਆਪਣੇ ਪੁੱਤ ਦੀ ਦੇਣਗੇ ਨਾ ਜੀ, ਅਤੇ ਮੇਰੀ ਜਾਨ ਛੁੱਟ ਜੂ। ਅੱਛਾ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਵ ਦਾਸ ਨੂੰ ਕਿਹਾ ਵੀ ਸਾਨੂੰ ਸਭ ਤੋਂ ਪਿਆਰੇ ਪੰਡਿਤ ਵਿਦਵਾਨ, ਇਸ ਕਰਕੇ ਅਸੀਂ ਤੇਰੀ ਬਲੀ ਪਹਿਲਾਂ ਦੇ ਦਿੰਦੇ ਹਾਂ, ਨਾਲੇ ਤੇਰਾ ਛੁਟਕਾਰਾ ਹੋ ਜੂ। ਇਹ ਫਿਰ ਕੇਸ਼ਵ ਦਾਸ ਜਿਹੜਾ ਰਾਤ ਦੇ ਹਨੇਰੇ 'ਚ ਉੱਥੋਂ ਭੱਜ ਗਿਆ ਸੀ। ਅੱਛਾ ਜੀ। ਇਹ ਸਹੀ ਕਹਾਣੀ ਜਿਹੜੀ ਇਹ ਹੈ ਕੇਸ਼ਵ ਦਾਸ ਵਾਲੀ, ਕਿ ਕੋਈ ਦੇਵੀ ਨਹੀਂ ਪ੍ਰਗਟ ਹੋਈ, ਕੋਈ ਐਸੀ ਗੱਲ ਨਹੀਂ ਹੋਈ, ਅਤੇ ਕੇਸ਼ਵ ਦਾਸ ਭੱਜ ਗਿਆ ਸੀਗਾ। ਅੱਛਾ ਜੀ। ਜਿਹੜਾ ਫਿਰ ਮੁੜ ਕੇ ਸਾਰਾ ਇਤਿਹਾਸ 'ਚ ਉਹਨਾਂ ਨੇ ਉਲਟਾ ਪਲਟਾ ਕੀਤਾ, ਇਹ ਆਪਾਂ ਪਿਛਲੇ ਹਫ਼ਤੇ ਦੱਸਿਆ ਹੈ ਜੀ। ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਸੂਰਜ ਪ੍ਰਕਾਸ਼ 'ਚ ਕਈ ਸਾਖੀਆਂ ਗਿਣ ਮਿਥ ਕੇ ਪਾਈਆਂ ਗਈਆਂ, ਇਹਦੇ 'ਚ ਗਾਂਹ ਮੱਖੀ 'ਤੇ ਮੱਖੀ ਮਾਰੀ ਗਈ। ਇਹਦੇ ਸਿਰਫ ਅਸੀਂ ਇੱਕ ਹਵਾਲਾ ਦੇਣਾ ਜ਼ਰੂਰੀ ਸਮਝਾਂਗੇ, ਜਿਹਦੀ ਕਿ ਖੋਜ ਪ੍ਰਿੰਸੀਪਲ ਸਤਬੀਰ ਸਿੰਘ ਨੇ ਕੀਤੀ ਜੀ, ਅਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਇੱਦਾਂ ਸਾਖੀ 'ਚ ਮਿਲਾਵਟ ਹੋਈ ਆ, ਤੋ ਪੰਨੇ ਜਿਹੜੇ ਸੂਰਜ ਪ੍ਰਕਾਸ਼ ਦੇ ਆ ਉਹ ਵਿੱਚੋਂ ਅੰਕ ਨੰਬਰ ਛੱਡ ਕੇ ਤਾਂ ਵਿੱਚ ਪਾਤੀ ਗਈ, ਲੇਕਿਨ ਪੰਨੇ ਨਹੀਂ ਬਦਲੇ ਗਏ। ਅੱਛਾ। ਉਹ ਸਾਖੀ ਕਿਹੜੀ ਹੈ? ਜ਼ਰੂਰ। ਇਹ ਇਉਂ ਆ ਕਿ ਇਹਦੇ ਵਿੱਚ ਦੱਸਿਆ ਗਿਆ ਕਿ ਸੱਤਵੇਂ ਪਾਤਸ਼ਾਹ ਨੇ ਉਹਨਾਂ ਦੇ ਅੱਠ ਵਿਆਹ ਸੀ ਸੂਰਜ ਪ੍ਰਕਾਸ਼ ਦੇ ਵਿੱਚ ਦੱਸਿਆ। ਹਾਂਜੀ। ਅੱਛਾ ਜੀ। ਇਹ ਸਾਖੀ ਜਿਹੜੀ ਵਿੱਚ ਪਾ ਦਿੱਤੀ ਗਈ। ਓਕੇ। ਕਿ ਸੱਤਵੇਂ ਪਾਤਸ਼ਾਹ ਦੇ ਅੱਠ ਵਿਆਹ ਸੀ, ਉਹਦੀ ਜਦੋਂ ਪ੍ਰਿੰਸੀਪਲ ਸਤਬੀਰ ਸਿੰਘ ਨੇ ਖੋਜ ਕੀਤੀ। ਹਾਂਜੀ। ਅਤੇ ਉਹਨਾਂ ਨੇ ਇਹ ਜੋ ਲਿਖਿਆ ਥੋੜ੍ਹਾ ਜਿਹਾ, ਉਹ ਕਹਿੰਦੇ ਕਿ ਗੁਰੂ ਹਰਿ ਰਾਏ ਸਾਹਿਬ ਦੇ 6-7 ਵਿਆਹ ਦੀ ਹੋਰ ਉਹਨਾਂ ਨੇ ਕੀਤੇ, ਇੱਕ ਮਾਤਾ ਸੁਲੱਖਣੀ ਨਾਲ ਹੋਇਆ, ਉਹਦੀ ਕਹਾਣੀ ਉਹਨਾਂ ਨੇ ਪੜ੍ਹ ਕੇ ਵਿੱਚ ਪਾ ਦਿੱਤੀ। ਅੱਛਾ ਜੀ। ਗੁਰੂ ਹਰਿ ਸਾਹਿਬ ਹਰਿ ਰਾਏ ਸਾਹਿਬ ਦੇ 6-7 ਵਿਆਹਾਂ ਦੀ ਮਨ ਘੜਤ ਕਹਾਣੀ ਇਵੇਂ ਬਣਾਈ ਗਈ ਕਿ ਜਦ ਸੁਲੱਖਣੀ ਜੀ ਦੀ ਸ਼ਾਦੀ ਗੁਰੂ ਹਰਿ ਰਾਏ ਸਾਹਿਬ ਨਾਲ ਹੋਈ ਤਾਂ ਸੁਲੱਖਣੀ ਜੀ ਦੀਆਂ ਛੋਟੀਆਂ 6 ਭੈਣਾਂ ਨੇ ਸੰਕਲਪ ਕੀਤਾ ਕਿ ਅਸੀਂ ਗੁਰੂ ਜੀ ਦੀਆਂ ਹਾਂ। ਇਹ ਆਸੋਹੀਣੀ ਗੱਲ ਇਹ ਹੈ ਕਿ ਗੁਰੂ ਹਰਿ ਰਾਏ ਸਾਹਿਬ ਦੇ 6-7 ਵਿਆਹਾਂ ਦੀ ਮਨ ਘੜਤ ਕਹਾਣੀ ਲਿਖਣ ਵਾਲਾ ਲਿਖਾਰੀ ਸੁਲੱਖਣੀ ਦੀ ਉਮਰ ਸ਼ਾਦੀ ਵੇਲੇ 10 ਸਾਲ ਦੀ ਲਿਖਦਾ ਹੈ, ਅਤੇ ਉਹ ਆਪਣੀਆਂ ਸਾਰੀਆਂ ਭੈਣਾਂ ਵਿੱਚੋਂ ਵੱਡੀ ਹੈ, ਦੂਜੀਆਂ ਉਹ ਤੋਂ ਛੋਟੀਆਂ ਹਨ। ਇਸ ਹਿਸਾਬ ਨਾਲ ਸਭ ਤੋਂ ਛੋਟੀ ਭੈਣ ਦੀ ਉਮਰ ਮਸਾਂ 1.5-2 ਸਾਲ ਦੀ ਬਣਦੀ ਹੈ। 1.5-2 ਸਾਲ ਦੀ। ਇੰਨੀ ਛੋਟੀ ਉਮਰ ਵਿੱਚ ਗੁਰੂ ਨਾਲ ਸ਼ਾਦੀ ਕਰਨ ਦੀ ਕੋਈ ਤੁੱਕ ਹੀ ਨਹੀਂ ਬਣਦੀ। ਦੂਜੀ ਗੱਲ ਚੇਚੀ ਸਮਝਣ ਵਾਲੀ ਹੈ ਕਿ 6 ਸਾਲੀਆਂ ਨੇ ਵਿਆਹ ਵਾਲੀ ਗੱਲ ਗੁਰੂ ਦੋਖੀਆਂ ਨੇ ਜਿੱਥੇ ਲਿਖੀ ਉੱਥੇ ਪ੍ਰਸੰਗਕ ਵੀ ਨਹੀਂ ਹੈ। ਅੱਛਾ ਜੀ। ਰਾਸ 8:43 ਦੇ ਅੰਤ 'ਤੇ ਲਿਖਿਆ ਹੈ, ਇਤ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਪੰਥ ਅਸ਼ਟਮ ਰਾਸ ਸ੍ਰੀ ਗੁਰੂ ਤੇਗ ਬਹਾਦਰ ਪ੍ਰਸੰਗ ਵਰਣਨ ਤੋਂ ਬਾਅਦ ਬਗੈਰ ਪ੍ਰਸੰਗ ਮਿਲਾਏ ਗੁਰੂ ਹਰਿ ਰਾਏ ਜੀ ਦੇ 7 ਵਿਆਹਾਂ ਦਾ ਅਮੇੜ ਮਾਨਸ ਵਿੱਚ ਪਾ ਦਿੱਤਾ। ਛਪੇ ਹੋਏ ਸੂਰਜ ਪ੍ਰਕਾਸ਼ ਦੇ ਪੁਰਾਤਨ ਨੁਸਖਿਆਂ ਵਿੱਚ 7 ਵਿਆਹਾਂ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਗੱਲ ਤੁਹਾਡੀ ਸਮਝ ਆਈ ਨਾ ਜੀ? ਬਿਲਕੁਲ ਜੀ। ਮਤਲਬ ਜਾਣ ਬੁੱਝ ਕੇ ਉਹ ਚੀਜ਼ਾਂ ਵਿੱਚ ਕਿਤਨਾ ਕਿਤੇ ਪਾਈਆਂ। ਹੁਣ ਇਹ ਹੋਇਆ, ਹੋ ਕੀ ਰਿਹਾ ਜਗਜੀਤ ਸਿੰਘ ਜੀ, ਕਿ ਉਹ ਜਿਹੜੀਆਂ ਸਾਖੀਆਂ ਐਸੀਆਂ ਸੀਗੀਆਂ, ਕਿਉਂਕਿ ਸੂਰਜ ਪ੍ਰਕਾਸ਼ 'ਚ ਜ਼ਿਆਦਾ ਜਿਹੜਾ ਨਾ ਜੀ ਗੁਰੂ ਸਾਹਿਬ ਦਾ ਸਾਖੀ ਸਰੂਪ ਦਰਸਾਇਆ ਗਿਆ, ਬਾਣੀ ਸਰੂਪ ਜੀ ਪਾਸੇ ਕਰ ਲਿਆ ਗਿਆ। ਉਹਦੇ ਨਾਲ ਹੋਇਆ ਕੀ ਵੀ ਸੂਰਜ ਪ੍ਰਕਾਸ਼ ਨੂੰ ਬਹੁਤ ਸਾਰਿਆਂ ਨੇ ਇਨ ਬਿਨ ਸੱਚ ਮੰਨ ਲਿਆ ਵੀ ਜੋ ਸੂਰਜ ਪ੍ਰਕਾਸ਼ 'ਚ ਸਾਖੀਆਂ ਲਿਖੀਆਂ ਉਹ ਸਾਰੀਆਂ ਸਹੀ ਹੈ ਜੀ, ਪਰ ਹੁਣ ਆਹ ਸਾਖੀ ਸਹੀ ਕਿਵੇਂ ਮੰਨ ਲਈ ਜਾਵੇ? ਟੈਕਨੀਕਲੀ ਰੋਂਗ ਹੋ ਗਈ, ਬਿਲਕੁਲ ਹੀ ਰੋਂਗ ਹੋ ਗਈ। ਬਿਲਕੁਲ ਜੀ, ਬਿਲਕੁਲ। ਹੋਰ ਵੀ ਕਈ ਸਾਖੀਆਂ ਅਸੀਂ ਸਿਰਫ ਇੱਕ ਮਿਸਾਲ ਦੇ ਤੌਰ 'ਤੇ ਦਿੱਤੀ ਹੈ ਕਿ ਸੂਰਜ ਪ੍ਰਕਾਸ਼ 'ਚ ਵੱਡੀ ਪੱਧਰ 'ਤੇ ਇਕੱਲਾ ਬ੍ਰਾਹਮਣੀਵਾਦ ਦੀ ਮਿਲਾਵਟ ਵੀ ਨਹੀਂ ਹੋਈ, ਗੁਰੂ ਸਾਹਿਬਾਨ ਦੇ ਅਕਸ ਵਗਾਉਣ ਲਈ ਵੀ ਮਿਲਾਵਟ ਹੋਈ, ਜੈਸਾ ਕਿ ਲਿਖ ਦਿੱਤਾ ਗਿਆ। ਬਿਲਕੁਲ। ਔਰ ਇਹਨਾਂ ਦੇ ਗਾਂਹ ਆਧਾਰ 'ਤੇ ਫਿਰ ਕਈਆਂ ਨੇ ਉਹਨੂੰ ਸੈਕਰੀਫਾਈ ਸਗੋਂ ਕਰਨ ਦੀ ਕੋਸ਼ਿਸ਼ ਕਰ ਲਈ, ਪਰ ਇਹਨੂੰ ਇਹ ਨਹੀਂ ਸੋਚਿਆ ਕਿ ਇੱਦਾਂ ਹੋ ਹੀ ਨਹੀਂ ਸਕਦੀ। ਸਮਝਦੇ ਨਾ ਜੀ ਗੱਲ ਜੀ ਜੀ। ਇਹ ਸੀਗਾ ਸਾਡਾ ਇੱਕ ਪਾਰਟ ਕਿ ਸੂਰਜ ਪ੍ਰਕਾਸ਼ ਭਾਈ ਜਿਹੜਾ ਅਸਲੀ ਸੀਗਾ ਅਕਾਲ ਤਖ਼ਤ 'ਤੇ ਭੇਟ ਕੀਤਾ ਉਹ ਮੁੜ ਕੇ ਨਹੀਂ ਲੱਭਾ।
ਉਹਦੇ 'ਚ ਤਾਰੇ ਹੋਏ, ਮਿਲਾਵਟਾਂ ਹੋਈਆਂ, ਔਰ ਇਹ ਖੋਜ ਆ ਉਹਨਾਂ ਦੀ, ਭਾਈ ਵੀਰ ਸਿੰਘ ਹੋਣਾ ਦੀ, ਜਿਹਨਾਂ ਨੇ ਬਹੁਤ ਮਿਹਨਤ ਕਰਕੇ ਸੂਰਜ ਪ੍ਰਕਾਸ਼ ਨੂੰ ਸੰਪਾਦਿਤ ਕੀਤਾ। ਵੈਸੇ ਉਹਨਾਂ ਨੂੰ ਵੀ ਥੱਲੇ ਨੋਟ ਦਿੱਤੇ ਹੋਏ ਆ ਜੀ। ਆਹ ਗੱਲ ਸਹੀ ਆ ਜਿਹੜੀ ਗੱਲ ਹੈ। ਹੁਣ ਜਿਹੜੀ ਗੱਲ ਆ ਜਗਜੀਤ ਸਿੰਘ ਜੀ, ਆਪਾਂ ਅੱਗੇ ਤੁਰਦੇ, ਇਹ ਸੀ ਪੁਰਾਣੀਆਂ ਗੱਲਾਂ ਜੀ। ਹੁਣ ਇਸ ਵੇਲੇ ਕੀ ਹੋ ਰਿਹਾ ਵੀ ਚਾਹੀਦਾ ਤਾਂ ਇਹ ਸੀ ਵੀ ਅਸੀਂ ਇਹਨਾਂ ਸਰੋਤਾਂ ਦੀ ਸੋਧ ਕਰਾ ਲੈਂਦੇ। ਉਸ ਬੰਨੇ ਤਾਂ ਅਸੀਂ ਧਿਆਨ ਕੀ ਦੇਣਾ ਸੀ। ਹੁਣ ਕੀ ਆ ਕਿ ਜਿਹੜੇ ਆਰ ਐੱਸ ਐੱਸ ਵਾਲੇ ਆ, ਇਹਨਾਂ ਨੇ ਬਕਾਇਦਾ ਪ੍ਰੀ ਪਲੈਨਡ ਦੇ ਨਾਲ, ਅੱਜ ਨਹੀਂ ਜੀ 6-7 ਸਾਲ ਪਹਿਲਾਂ ਤੋਂ, ਮੈਂ ਸਿਰਫ ਇੱਕ ਦੋ ਹਵਾਲੇ ਦੇਣੇ ਆ, ਬਾਕੀ ਆ ਤੁਹਾਨੂੰ ਮੈਂ ਦੇ ਦਿੱਤੇ ਆ। ਹੁਣ ਜਗਜੀਤ ਸਿੰਘ ਜੀ, ਦੁੱਖ ਦੀ ਗੱਲ ਇਹ ਆ ਕਿ ਇਹ 2007-08 'ਚ ਲਿਖੀ ਗਈ ਆ ਕਿਤਾਬ ਉਹਨਾਂ ਨੇ ਲਿਖਾਈ, ਜਿਹਦਾ ਮੈਂ ਜ਼ਿਕਰ ਕਰਨ ਲੱਗਾ ਜੀ। ਮੈਂ ਉਦੋਂ ਤੋਂ ਹੀ ਪ੍ਰਿੰਟ ਮੀਡੀਆ 'ਚ ਲਿਖਦਾ, ਪਰ ਪ੍ਰਿੰਟ ਮੀਡੀਆ ਦਾ ਕੋਈ ਨੋਟਸ ਨਹੀਂ ਲੈਂਦਾ। ਆਹ ਹੁਣ ਨੋਟ ਕਰਨੀ ਕਿ ਆਰ ਐੱਸ ਐੱਸ ਵਾਲੇ ਕਿੱਦਾਂ ਇਹਨੂੰ ਆਪਣੇ ਢੰਗ ਦੇ ਨਾਲ, ਸਾਰਾ ਹੀ ਸਾਡਾ ਜਿਹੜਾ ਇਤਿਹਾਸ ਬਦਲ ਰਿਹਾ। ਇਹਨਾਂ ਨੇ ਨਾ ਜੀ, ਆਰ ਐੱਸ ਐੱਸ ਨੇ ਸਰਬ ਹਿੱਤ ਸੰਦੇਸ਼ ਨਾਮ ਦੀ ਪੰਜਾਬੀ ਪੁਸਤਕ ਪਰਮਜੀਤ ਰੱਤੇਵਾਲੀਆ ਦੁਆਰਾ ਸਰਬ ਹਿੱਤਕਾਰੀ ਵਿੱਦਿਆ ਮੰਦਿਰ ਬੁੱਢਾ ਗੁੱਜਰ ਰੋਡ ਮੁਕਤਸਰ ਵੱਲੋਂ ਪੰਜਾਬੀ ਪੁਸਤਕ ਸਿਰਫ ਸੰਸਕਾਰ ਕੇਂਦਰਾਂ ਲਈ ਸਤੰਬਰ 2007 ਤੋਂ ਮਾਰਚ 2008 ਤੱਕ ਜਾਰੀ ਕੀਤੀ। ਇਸ ਦੇ ਮੁੱਖ ਪੰਨੇ ਉੱਪਰ ਸ੍ਰੀ ਗੁਰੂ ਨਾਨਕ ਜੀ ਦੀ ਬਾਣੀ ਦਾ ਇੱਕ ਸ਼ਬਦ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਤਿੰਨ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਹਾ ਰੀਸ, ਇਹਦੇ ਅਰਥ ਉਹਨਾਂ ਨੇ ਕੀ ਕੀਤੇ ਆ। ਉਹਦੇ ਆਰ ਐੱਸ ਐੱਸ ਵਾਲਿਆਂ ਨੇ ਉਸ ਕਿਤਾਬ 'ਚ ਅਰਥ ਕੀਤੇ ਆ ਕਿ ਹੇ ਪਰਮਾਤਮਾ, ਮੈਂ ਨੀਚ ਜਾਤ ਵਿੱਚੋਂ ਹਾਂ, ਅਸਲ ਨੀਚਾਂ ਤੋਂ ਵੀ ਨੀਚ ਹਾਂ। ਮੈਂ ਚਾਹੁੰਦਾ ਹਾਂ ਕਿ ਅਜਿਹੇ ਲੋਕਾਂ ਨਾਲ ਮੇਰਾ ਸਾਥ ਬਣਿਆ ਰਹੇ, ਕਿਉਂਕਿ ਮੈਂ ਵੱਡੇ ਲੋਕਾਂ ਨਾਲ ਚੱਲਣ ਦੀ ਇੱਛਾ ਨਹੀਂ ਰੱਖਦਾ। ਕਿਰਪਾ ਉੱਥੇ ਹੁੰਦੀ ਹੈ ਜਿੱਥੇ ਗਰੀਬ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਵਰਣਨਯੋਗ ਹੈ ਕਿ ਸ਼ਬਦ ਦੇ ਮੂਲ ਭਾਵ ਨੂੰ ਨਜ਼ਰਅੰਦਾਜ਼ ਕਰਕੇ ਗਲਤ ਅਰਥਾਂ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਨੀਚ ਜਾਤ ਵਿੱਚੋਂ ਦੱਸਣ ਦੀ ਅਸਫਲ ਕੋਸ਼ਿਸ਼ ਕੀਤੀ। ਭਾਰਤੀ ਵਿੱਦਿਆ ਅਖਿਲ, ਭਾਰਤੀਆ ਸਿੱਖਿਆ ਸੰਸਥਾਨ ਨਾਲ ਸੰਬੰਧਿਤ ਅਦਾਰਿਆਂ ਵਿੱਚ ਪੜ੍ਹਦੇ ਬੱਚਿਆਂ ਨੂੰ ਇਹ ਪੁਸਤਕ ਵੰਡੀ ਗਈ। ਇਸ ਪੁਸਤਕ ਵਿੱਚ ਭਾਈ ਲਾਲੋ ਅਤੇ ਮਲਕ ਭਾਗੋ ਵਾਲੀ ਸਾਖੀ ਵੀ ਦਿੱਤੀ ਗਈ, ਪਰ ਅਮੀਰੀ ਗਰੀਬੀ ਦੀ ਗੱਲ ਕੀਤੀ ਗਈ। ਭਾਈ ਲਾਲੋ ਅਤੇ ਮਲਕ ਭਾਗੋ ਦਾ ਨਾਮ ਸਾਖੀ ਵਿੱਚੋਂ ਗਾਇਬ ਕਰ ਦਿੱਤਾ ਗਿਆ ਤਾਂ ਕਿ ਸਹੀ ਸਾਖੀ ਜਿਹੜੀ ਉਹ ਲੋਕਾਂ ਨੂੰ ਨਾ ਪਤਾ ਲੱਗ ਸਕੇ ਵੀ ਇਹਦਾ ਸਹੀ ਕੰਸੈਪਟ ਕੀ ਸੀ ਜੀ। ਸਾਖੀ ਗਾਇਬ ਕਰਕੇ ਗੁਰ ਇਤਿਹਾਸ ਦਾ ਭਗਵਾਕਰਨ ਕਰ ਦਿੱਤਾ ਗਿਆ। ਇਸ ਪੁਸਤਕ ਦੇ ਆਖਰੀ ਸਫ਼ੇ 'ਤੇ ਸਾਡੇ ਆਦਰਸ਼, ਉਹਦੇ ਸਫ਼ੇ ਦੇ ਆਖਰੀ ਸਫ਼ੇ 'ਤੇ ਕੀ ਲਿਖਦੇ ਆ, ਸਾਡੇ ਆਦਰਸ਼ ਜੀ ਲਿਖ ਕੇ ਸ਼੍ਰੀ ਰਾਮ ਚੰਦਰ, ਵਿਵੇਕਾਨੰਦ, ਸੁਭਾਸ਼ ਚੰਦਰ ਬੋਸ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਝਾਂਸੀ ਦੀ ਰਾਣੀ, ਚੰਦਰ ਸ਼ੇਖਰ ਆਜ਼ਾਦ, ਸ਼ਿਵਾਜੀ ਮਰਾਠਾ, ਮੀਰਾ ਬਾਈ ਤੋਂ ਇਲਾਵਾ ਆਰ ਐੱਸ ਐੱਸ ਦੇ ਬਹੁਤ ਸਾਰੇ ਆਗੂਆਂ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ, ਪਰ ਸਭ ਤੋਂ ਹੇਠਾਂ ਗੁਰੂ ਗੋਬਿੰਦ ਸਿੰਘ ਦੀ ਕਲਪਤ ਫੋਟੋ ਛਾਪੀ ਗਈ ਮਿਥ ਕੇ। ਔਰ ਇਹ 2007 'ਚ ਹੋ ਚੁੱਕਾ ਸਭ ਕੁਛ ਜੀ, ਕਿਸੇ ਨੇ ਨੋਟਿਸ ਨਹੀਂ ਲਿਆ, ਗਾਂਹ ਚੱਲਦੇ ਹਾਂ। ਹੁਣ ਇੰਨੀਆਂ ਫੋਟੋਆਂ ਦੇ ਥੱਲੇ ਭਾਵੇਂ ਗੁਰੂ ਗੋਬਿੰਦ ਸਿੰਘ ਦੀ ਕਲਪਤ ਫੋਟੋ, ਪਰ ਉਹ ਤਾਂ ਬਣਾਉਂਦੇ ਜੀ ਗੁਰੂ ਗੋਬਿੰਦ ਸਿੰਘ ਦੀ ਫੋਟੋ, ਉਹ ਸਾਰਿਆਂ ਤੋਂ ਥੱਲੇ ਛਾਪੀ ਗਈ। ਇਸ ਮਾਮਲੇ ਸੰਬੰਧੀ ਦੇਖੋ, ਇਸ ਮਾਮਲੇ ਸੰਬੰਧੀ ਕੌਂਸਲਰ ਅਤੇ ਅਕਾਲੀ ਆਗੂ ਤਾਰਾ ਸਿੰਘ ਮਹਿਤਾ ਨੇ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਅਜਿਹੀਆਂ ਪੁਸਤਕਾਂ ਛਾਪਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਖਬਰ ਪੰਜਾਬੀ ਦੇ ਪਹਿਰੇਦਾਰ ਪੇਪਰ 'ਚ ਵੀ ਛਪੀ, ਪਰ ਕਿਸੇ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅੱਗੇ ਚੱਲਦੇ ਹਾਂ। ਹੁਣ ਇੱਥੇ ਜਗਜੀਤ ਸਿੰਘ ਜੀ, ਇਹ ਵੀ ਦੱਸਣ ਯੋਗ ਹੈ ਲੱਗਦੇ ਹੱਥੀ ਕਿ ਏਡੀਆਂ ਵੱਡੇ ਸਿਧਾਂਤਕ ਹਮਲੇ ਹੋ ਰਹੇ ਅਤੇ ਸਾਡੀਆਂ ਸੰਸਥਾਵਾਂ ਨੋਟਸ ਕਿਉਂ ਨਹੀਂ ਲੈ ਰਹੀਆਂ। ਪਿਛਲੇ ਸਾਲ ਜਦੋਂ ਤਖ਼ਤ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ,
ਤਾਂ ਪਟਨੇ ਸ਼ਹਿਰ 'ਚ ਮੋਦੀ ਅਤੇ ਉਸ ਦੇ ਮੰਤਰੀਆਂ ਦੀਆਂ ਤਸਵੀਰਾਂ ਉੱਪਰ ਅਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਸਾਰਿਆਂ ਤੋਂ ਥੱਲੇ ਲਗਾਈ ਗਈ ਔਰ ਪਟਨੇ ਸ਼ਹਿਰ 'ਚ ਸਾਰੇ ਵੱਡੇ ਪੋਸਟ ਲਿਖਾਏ ਗਏ ਜੀ। ਮੇਰੇ ਕੋਲ ਸਬੂਤ ਪਿਆ, ਕਿਸੇ ਸ਼੍ਰੋਮਣੀ ਕਮੇਟੀ ਨੇ, ਕਿਸੇ ਅਕਾਲ ਤਖ਼ਤ ਵਾਲੇ ਨੇ, ਕਿਸੇ ਸੰਸਥਾ ਨੇ ਇਹਨਾਂ ਚੀਜ਼ਾਂ ਦਾ ਨੋਟਿਸ ਹੀ ਨਹੀਂ ਲਿਆ। ਹੁਣ ਗਾਂ ਚੱਲਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੀ ਹੇਠੀ ਕਰਨ ਵਾਲੀ ਸਰਬਿਤ ਸੰਦੇਸ਼ ਪੁਸਤਕ ਅਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਜਾਣ ਬੁੱਝ ਕੇ RSS ਦੇ ਨੇਤਾਵਾਂ ਤੋਂ ਹੇਠਾਂ ਛਾਪ ਕੇ ਹੇਠੀ ਕਰਨ ਵਾਲੀਆਂ ਖਬਰਾਂ ਦਾ ਨੋਟਿਸ ਤਾਂ ਕੀ ਲੈਣਾ ਸੀ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਰਥਾਤ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਹਿੰਦੀ ਮਾਸਕ ਪੱਤਰ ਗੁਰਮਤਿ ਗਿਆਨ ਵਿੱਚ ਪੰਨਾ 7 'ਤੇ ਡਾਕਟਰ ਅੰਮ੍ਰਿਤ ਕੌਰ ਦਾ ਲੇਖ ਸਿੱਧ ਗੋਸ਼ਟ ਇੱਕ ਦਰਸ਼ਨਿਕ ਕਾਵਿਆ ਰਚਨਾ ਛਾਪਿਆ ਔਰ ਇਹ ਧਰਮ ਪ੍ਰਚਾਰ ਕਮੇਟੀ ਵਾਲੇ ਛਪਾਉਂਦੇ ਆ, ਹਿੰਦੀ ਜੇ ਛਪਾਉਂਦੇ ਆ ਗੁਰਮਤਿ ਗਿਆਨ, ਉਹਦੇ 'ਚ ਜੋ ਲਿਖਿਆ ਮੈਂ ਕਹਿਣ ਲੱਗਾ ਉਹਨਾਂ ਨੂੰ ਤਾਂ ਛੱਡੋ ਜੀ। ਰਚਨਾ ਛਾਪਿਆ ਹੈ ਸਿੱਧ ਗੋਸ਼ਟ ਇੱਕ ਦਾਰਸ਼ਨਿਕ ਕਾਵਿਆ ਰਚਨਾ ਛਾਪਿਆ ਹੈ ਜਿਸ ਵਿੱਚ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਰਲਗੱਡ ਕਰਨ ਦਾ ਕੋਝਾ ਯਤਨ ਕੀਤਾ ਗਿਆ। ਇਸ ਵਿੱਚ ਲੇਖਕਾਂ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕੀ ਦ੍ਰਿਸ਼ਟੀ ਮੇਂ ਸ਼੍ਰੀ ਰਾਮ ਚੰਦਰ ਜੀ ਸੱਚੇ ਗੁਰਮੁਖ ਥੇ, ਪੂਰਨ ਯੋਗੀ ਥੇ। ਇਹ ਧਰਮ ਪ੍ਰਚਾਰ ਕਮੇਟੀ ਤੋਂ ਪ੍ਰਕਾਸ਼ਿਤ ਹੁੰਦਾ ਗੁਰਮਤਿ ਗਿਆਨ, ਉਹਦੇ 'ਚ ਲਿਖਿਆ ਔਰ ਲਿਖਣ ਵਾਲੀ ਵੀ ਡਾਕਟਰ ਅੰਮ੍ਰਿਤ ਕੌਰ ਕੋਲ ਸਿੱਖ ਕੁੜੀ ਹੈ ਜੀ। ਇਸ ਦੇ ਨਾਲ ਹੀ ਲੇਖਕਾ ਬੀਬੀ ਨੇ ਸਿੱਧ ਗੋਸ਼ਟ ਦੀਆਂ ਤੁਕਾਂ ਗੁਰਮੁਖ ਬੰਧਿਓ ਸੇਤ ਵਧਾਤੇ ਲੰਕਾ ਲੂਟੀ ਦੈਨ ਸੰਤਾਪੇ ਦਾ ਹਵਾਲਾ ਦੇ ਕੇ ਆਪਣੀ ਮਤ ਅਨੁਸਾਰ ਵਿਆਖਿਆ ਕਰ ਦਿੱਤੀ ਕਿ ਸਿੱਧ ਗੋਸ਼ਟ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਉਹ ਹਿੱਸਾ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਿੱਧਾਂ ਵਿਚਕਾਰ ਹੋਏ ਸੰਵਾਦ ਦਾ ਬਿਊਰਾ ਹੈ। ਇਹ ਸੰਵਾਦ ਸਿੱਖ ਫਲਸਫੇ ਦੇ ਗਹਿਰੇ ਪੱਖਾਂ ਨੂੰ ਉਜਾਗਰ ਕਰਦਾ ਹੈ। ਲੇਖਕਾ ਬੀਬੀ ਨੇ ਮਨ ਮਰਜ਼ੀ ਅਨੁਸਾਰ ਰਾਜੇ ਰਾਮ ਚੰਦਰ ਨੂੰ ਗੁਰਮੁਖ ਬ੍ਰਾਂਡ ਧਰਿਆ। ਪੂਰਾ ਸ਼ਬਦ ਇਹ ਹੈ ਕਿ ਗੁਰਮੁਖ ਬੰਧਿਓ ਸੇਤ ਵਧਾਤੇ ਲੰਕਾ ਲੂਟੀ ਦੈਨ ਸੰਤਾਪੈ, ਰਾਮਚੰਦ ਮਾਰਿਓ ਅਹਿ ਰਾਵਣ, ਬੇਦ ਭਵੀਖਣ ਗੁਰਮੁਖ ਪਰਚੈਣ, ਗੁਰਮੁਖ ਸਾਹਿਰ ਪਾਣ ਤਾਰੇ, ਗੁਰਮੁਖ ਕੋਟ ਤੇ ਤੀਸ ਅਧਾਰੇ। ਇਹ ਪੂਰਾ ਜਿਹੜਾ ਸ਼ਬਦ ਹੈ ਗੁਰਮੁਖ ਜੋਗੀ ਵੱਲੋਂ ਆਪਣੇ ਮੁਖੀ ਦੀ ਤੁਲਨਾ ਜੋ ਪੌੜੀ ਨੰਬਰ 37 ਵਿੱਚ ਜਥਰਥ ਦੇ ਪੁੱਤਰ ਰਾਮ ਵੱਲ ਇਸ਼ਾਰਾ ਕਰਕੇ ਗੁਰਮੁਖ ਕਰਕੇ ਕੀਤੀ ਗਈ ਹੈ। ਪਹਿਲਾਂ ਤਾਂ ਜੋਗੀ ਆਪਣੇ ਮੁਖੀ ਨੂੰ ਹੀ ਕਰਤਾ ਮੰਨਦਾ ਹੈ, ਇੱਥੇ 37 ਨੰਬਰ ਪੌੜੀ ਵਿੱਚ ਆ ਕੇ ਲੇਖਕਾ ਬੀਬੀ ਨੇ ਮੁਖੀ ਦੀ ਤੁਲਨਾ ਰਾਮ ਨਾਲ ਕਰ ਦਿੱਤੀ ਕਿ ਨਾਨਕ ਇਸ ਯੋਗ ਮਤ ਦੇ ਮੁਖੀ ਨੂੰ ਰਾਮ ਰੂਪ ਜਾਣ ਲਿਆ, ਜੋ ਉਹਨੇ ਲਿਖ ਦਿੱਤਾ ਜੀ। ਇਸ ਦਾ ਸਾਰ ਅੰਸ਼ ਇਹੀ ਹੈ ਕਿ ਰਾਮਚੰਦ ਵੱਲੋਂ ਰਾਵਣ ਨੂੰ ਦੈਂਤ ਕਹਿ ਕੇ ਮਾਰਿਆ ਗਿਆ ਅਤੇ ਆਪਣੇ ਆਪ ਨੂੰ ਗੁਰਮੁਖ ਖਵਾਉਣ ਵਾਲੇ ਵੱਲੋਂ ਭੇਦ ਲੈਣ ਲਈ ਭਵੀਖਣ ਨੂੰ ਲਾਲਚ ਰਾਹੀਂ ਪ੍ਰੇਰਿਆ ਗਿਆ। ਭਵੀਖਣ ਨੂੰ ਰਾਮਚੰਦ ਵੱਲੋਂ ਲੰਕਾ ਦਾ ਭੇਦ ਲੈਣ ਲਈ ਕਹਿ ਕੇ ਲਚਾਇਆ ਗਿਆ ਕਿ ਰਾਵਣ ਨੂੰ ਮਾਰਨ ਤੋਂ ਬਾਅਦ ਲੰਕਾ ਦਾ ਰਾਜ ਤੈਨੂੰ ਦੇ ਦਿਆਂਗਾ। ਰਾਮਚੰਦਰ ਨੇ ਭਵੀਖਣ ਨੂੰ ਲਾਲਚ ਦਿੱਤਾ, ਰਾਮਚੰਦਰ ਨੇ, ਸਮਝ ਨਾ ਜੀ ਗੱਲ ਜੀ ਜੀ। ਤੁਸੀਂ ਬੋਰ ਹੋ ਰਹੇ ਪਰ ਇਹ ਜ਼ਰੂਰੀ ਹੈ ਕਿ ਖੁਦ ਹੀ ਇਹ ਕਰ ਰਹੇ ਆ, ਸਮਝਦੇ ਨਾ ਜੀ ਜੀ ਜੀ। ਇੱਥੇ ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਪੌੜੀ ਅੰਦਰ ਨਾਨਕ ਨਾਮ ਦੀ ਮੋਹਰ ਨਹੀਂ ਹੈ, ਜਿਸ ਦਾ ਅਰਥ ਇਹ ਹੈ ਕਿ ਪ੍ਰਚਲਿਤ ਲੋਕ ਗਾਥਾ ਹੈ। ਇਹ ਜੋ ਆਮ ਲੋਕਾਂ ਦੇ ਮੂੰਹ ਚੜੀਆਂ ਹੋਈਆਂ ਹਵਾਈ ਗੱਲਾਂ ਹਨ, ਇਹਨਾਂ ਹਵਾਈ ਗੱਲਾਂ ਉੱਪਰ ਗੁਰੂ ਨਾਨਕ ਜੀ ਵੱਲੋਂ ਇਹ ਵਿਅੰਗ ਕੀਤਾ ਗਿਆ ਹੈ ਕਿ ਵਰਨਾ ਗੁਰੂ ਨਾਨਕ ਸਾਹਿਬ ਤਾਂ ਰਾਮਚੰਦਰ ਬਾਰੇ ਫਰਮਾਉਂਦੇ ਹਨ, ਉਹਨਾਂ ਨੇ ਵਿਅੰਗ ਕੀਤਾ, ਪਰ ਗੁਰੂ ਨਾਨਕ ਸਾਹਿਬ ਤਾਂ ਰਾਮਚੰਦਰ ਬਾਰੇ ਕੀ ਕਹਿੰਦੇ ਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਗੁਰੂ ਨਾਨਕ ਸਾਹਿਬ ਨੇ ਤਾਂ ਹਿੰਦੂ ਮਿਥਿਹਾਸ ਵਿੱਚੋਂ ਮਸਾਲਾਂ ਸਿਰਫ ਗੁਰਮਤਿ ਸਮਝਾਉਣ ਲਈ ਇਹ ਸਿੱਧ ਕੀਤਾ ਹੈ ਕਿ ਅਕਾਲ ਪੁਰਖ ਦਾ ਨਾਂ ਜਪਣ ਨਾਲ ਮਨੁੱਖ ਇਸ ਸੰਸਾਰ ਨੂੰ ਜਿੱਤ ਸਕਦਾ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ।
ਬਾਲੀ ਰੋਵੈ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਅਪਰੋਕਤ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੰਦਰ, ਪਰਸ਼ੁਰਾਮ, ਅਜੇ, ਰਾਮ ਚੰਦਰ, ਸੀਤਾ, ਪਾਂਡਵਾਂ ਦੀਆਂ ਮਿਸਾਲਾਂ ਦੇ ਕੇ ਦੱਸਿਆ ਹੈ ਕਿ ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਸੰਸਾਰ ਦੇ ਦੁੱਖਾਂ ਅਤੇ ਵਿਕਾਰਾਂ ਉੱਤੇ ਜਿੱਤ ਹਾਸਲ ਹੁੰਦੀ ਹੈ। ਸਿਰਫ ਨਾਮ ਦੀ ਮਹਿਮਾ ਨੂੰ ਪ੍ਰਗਟਾਉਣ ਲਈ ਇਹ ਮਿਸਾਲਾਂ ਦਿੱਤੀਆਂ ਹਨ, ਕਿਉਂਕਿ ਆਮ ਲੋਕ ਇਹਨਾਂ ਪਾਤਰਾਂ ਦੀਆਂ ਕਹਾਣੀਆਂ ਨੂੰ ਜਾਣਦੇ ਮੰਨਦੇ ਹਨ, ਪਰ ਇਹ ਨਾਮ ਇਤਿਹਾਸਿਕ ਪੁਰਾਣਿਕ ਕਹਾਣੀਆਂ ਨੂੰ ਗੁਰੂ ਸਾਹਿਬ ਨੇ ਪ੍ਰਮਾਣਿਕਤਾ ਨਹੀਂ ਦਿੱਤੀ ਜੀ। ਖਾਸ ਜਿਹੜੀ ਨੋਟ ਕਰਨ ਵਾਲੀ, ਬਿਲਕੁਲ। ਪਰ ਹੁਣ ਇਹ ਸਿੱਧ ਕੀਤਾ ਜਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਗੱਲ ਰਾਮ ਦੀ ਹੋ ਰਹੀ ਹੈ, ਪਰ ਉਸ ਰਾਮ ਦੀ ਨਹੀਂ ਹੋ ਰਹੀ। ਠੀਕ ਹੈ ਨਾ ਜੀ? ਬਿਲਕੁਲ। ਨਾਮ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਪਰਮਾਤਮਾ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਜਿਹੜਾ ਆਪਾਂ ਨਾਮ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਨਾਮ ਵਰਤਿਆ ਗਿਆ ਉਸ ਪਰਮਾਤਮਾ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਸ਼ਬਦ ਜਿਹੜਾ ਉਹ ਨਾਮ ਵਰਤਿਆ ਗਿਆ ਜੀ। ਠੀਕ ਹੈ ਜੀ? ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਨਾਮ ਅਨੇਕ ਅਤੇ ਅਸੰਖ ਹਨ। ਉਸ ਨੂੰ ਕੋਈ ਬ੍ਰਹਮਾ, ਵਿਸ਼ਨੂੰ, ਰਾਮ ਦੇ ਨਾਂ ਨਾਲ ਯਾਦ ਕਰਦਾ ਹੈ ਤਾਂ ਕਿਸੇ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ, ਪਰ ਸ਼ਰਤ ਇਹ ਹੈ ਕਿ ਅਜਿਹੇ ਨਾਮ ਦੇ ਪਿਛੋਕੜ ਵਿੱਚ ਸੰਕਲਪ ਕਿਸੇ ਸਮੇਂ ਸਥਾਨ ਦੀ ਸੀਮਾ ਵਿੱਚ ਬੱਝੇ ਬਿਨਸਨਹਾਰ ਸੀਮਤ ਸਮਰੱਥਾ ਦੇ ਗੁਣਾਂ ਦੇ ਧਾਰਨੀ ਕਿਸੇ ਕਲਪ ਦੇਵੀ ਦੇਵਤੇ ਦਾ ਨਹੀਂ ਹੋਣਾ ਚਾਹੀਦਾ ਜੀ। ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਨਾਮ ਆਇਆ ਇਹਦੇ ਨਾਲ ਤੁਸੀਂ ਕਿਸੇ ਰੂਪ ਦਾ ਸੰਕਲਪ ਨਹੀਂ ਜੋੜ ਸਕਦੇ। ਬਿਲਕੁਲ। ਕਿਉਂਕਿ ਮੂਲ ਮੰਤਰ ਵਿੱਚ ਸਪਸ਼ਟ ਕਰ ਦਿੱਤੀ ਗੱਲ ਕਿ ਉਹ ਕਿਸੇ ਰੂਪ ਨਾਲ ਨਹੀਂ ਜੋੜਿਆ ਜਾ ਸਕਦਾ ਜੀ। ਠੀਕ ਹੈ ਨਾ ਜੀ? ਸ਼੍ਰੀ ਰਾਮ ਚੰਦਰ ਵਿਸ਼ਨੂੰ ਦਾ ਤ੍ਰੇਤੇ ਯੁੱਗ ਦਾ ਅਵਤਾਰ ਕਲਪਿਆ ਜਾਂਦਾ ਹੈ। ਪੁਰਾਣੀਆਂ ਮਿਥਿਹਾਸਿਕ ਕਿਤਾਬਾਂ ਅਨੁਸਾਰ ਤ੍ਰੇਤੇ ਯੁੱਗ ਦਾ ਸਮਾਂ ਅੱਜ ਤੋਂ 20 ਲੱਖ ਸਾਲ ਪਹਿਲਾਂ ਦਾ ਬਣਦਾ ਹੈ, ਜਦਕਿ ਵੇਦ ਦਾ ਰਚਨਕਾਰ ਅੱਜ ਤੋਂ 5000 ਸਾਲ ਵੀ ਪੁਰਾਣਾ ਨਹੀਂ ਹੈ। ਅਗਲੀ ਗੱਲ, ਇਸ ਧਰਤੀ 'ਤੇ ਮਨੁੱਖ ਜਾਤੀ ਦੇ ਇਤਿਹਾਸ ਦਾ ਵੀ ਅੱਜ ਤੋਂ 6000 ਸਾਲ ਪਹਿਲਾਂ ਦਾ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾ ਜੀ। ਅਤੇ ਤ੍ਰੇਤੇ ਯੁੱਗ ਨੂੰ 20 ਲੱਖ ਸਾਲ ਹੋ ਗਏ ਤਾਂ ਉਸ ਰਾਮ ਚੰਦਰ ਨੂੰ ਵਿੱਚ ਕਿੱਦਾਂ ਲਿਆਉਣਗੇ? ਠੀਕ ਹੈ ਨਾ ਜੀ? ਗੱਲ ਨਹੀਂ ਮਿਲਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਮ ਸ਼ਬਦ ਦੀ ਤੁਲਨਾ ਹਿੰਦੂ ਧਰਮ ਦੇ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਨਾਲ ਕਰਨੀ ਮੂਰਖਤਾ ਹੀ ਕਿਹਾ ਜਾ ਸਕਦਾ ਹੈ। ਬਿਲਕੁਲ, ਸਮਝਦੇ ਨਾ ਜੀ ਗੱਲ? ਬਿਲਕੁਲ ਜੀ। ਅਤੇ ਖੈਰ ਸਾਹਿਬ, ਤੁਸੀਂ ਪੂਰਾ ਐਕਸਪਲੇਨ ਕਰਤਾ ਕਿ ਜੋ ਰਾਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਕੀਤੀ ਗਈ ਹੈ ਉਹ ਕੋਈ ਕਾਲਪਨਿਕ ਰਾਮ ਨਹੀਂ ਹੈ, ਉਹ ਰਮਿਆ ਹੋਇਆ ਕਾਲਪੁਰਖ ਪਰਮਾਤਮਾ ਹੈ ਜਿਸ ਦਾ ਵਰਣਨ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਕੀਤਾ ਹੈ। ਅਤੇ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਆਪ ਜੀ ਦੇ ਨਾਲ ਜੁੜੇ ਰਹਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਜੀ ਦਾ ਸਵਾਗਤ ਹੈ। ਅਤੇ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ, ਸ਼ੁਰੂਆਤ 'ਚ ਆਪਾਂ ਗੱਲਬਾਤ ਕੀਤੀ ਸੂਰਜ ਪ੍ਰਕਾਸ਼ ਬਾਰੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਇਤਿਹਾਸਕ ਇਤਿਹਾਸਕਾਰ ਹੋਏ ਨੇ ਉਹਨਾਂ ਨੇ ਵੀ ਇਸ ਚੀਜ਼ 'ਤੇ ਮੋਹਰ ਲਾਈ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਜੋ ਕਹਾਣੀਆਂ ਹੈਗੀਆਂ ਜਾਂ ਜੋ ਸਾਖੀਆਂ ਹੈਗੀਆਂ ਕੁਛ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਜਾਂ ਉਹ ਬਾਅਦ 'ਚੋਂ ਲਿਖਵਾਈਆਂ ਗਈਆਂ ਜਾਂ ਕਿਸ ਤਰ੍ਹਾਂ ਹੈਗਾ, ਔਰ ਇਹ ਗੱਲ ਦੀ ਜਿਹੜੀ ਹੈਗੀ ਆ ਮੋਹਰ ਸਾਡੇ ਇਤਿਹਾਸਕਾਰ ਲਾਉਂਦੇ ਨੇ ਜੋ ਕਿ ਸਕੋਲਰਸ ਰਹੇ ਨੇ ਉਹ ਲਾਉਂਦੇ ਨੇ। ਭਾਈ ਕਾਨ ਸਿੰਘ ਨਾਭਾ ਦੀ ਗੱਲਬਾਤ ਕੀਤੀ ਗਈ, ਭਾਈ ਵੀਰ ਸਿੰਘ ਹੋਣਾ ਦੀ ਗੱਲਬਾਤ ਕੀਤੀ ਗਈ, ਸੋਹਣ ਸਿੰਘ ਸੀਤਲ ਹੋਣਾ ਦੀ ਗੱਲਬਾਤ ਕੀਤੀ ਗਈ, ਅਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜੋ ਸਿੱਖਾਂ 'ਤੇ ਹਮਲਾ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਰਾਮ ਹੈ ਉਸ ਨੂੰ ਕਹਿ ਕੇ, ਅਤੇ ਦੂਸਰੇ ਰਾਮ ਦੀ ਗੱਲ ਜੋ ਇੱਕ ਕਾਲਪਨਿਕ ਹੈ ਉਸ ਰਾਮ ਦੀ ਗੱਲ ਕੀਤੀ ਜਾਂਦੀ ਹੈ, ਅਤੇ ਉਹਨਾਂ ਨੂੰ ਵੀ ਕਾਫੀ ਡਿਟੇਲ ਦੇ ਵਿੱਚ ਪਤਾ ਲੱਗ ਗਿਆ ਹੋਵੇਗਾ। ਖਹਿਰਾ ਸਾਹਿਬ ਨੇ ਪੂਰਾ ਐਕਸਪਲੇਨ ਕਰਕੇ ਦੱਸਿਆ ਕਿ ਕਿਸ ਰਾਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੀਤੀ ਜਾਂਦੀ ਹੈ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਕਿਸੇ ਕੌਮ ਨੂੰ ਖਤਮ ਕਰਨ ਦੇ ਲਈ ਸਭ ਤੋਂ ਜੇ ਆਪਾਂ ਕਹੀਏ ਕਿ ਵੱਡੀ ਗੱਲ ਇਹ ਹੁੰਦੀ ਹੈ ਕਿ ਉਸ ਦਾ ਇਤਿਹਾਸ ਉਸ ਕੌਮ ਦੇ ਕੋਲੋਂ ਲੈ ਲਿਆ ਜਾਵੇ, ਉਸ ਨਵਾਂ ਇਤਿਹਾਸ ਜਿਹੜਾ ਆਪਣੇ ਹਿਸਾਬ ਦੇ ਨਾਲ ਉਸ ਕੌਮ ਨੂੰ ਡਿਫਾਈਨ ਕੀਤਾ ਜਾਵੇ,
ਫਿਰ ਉਸ ਦੀਆਂ ਕਿਤਾਬਾਂ ਲਿਖਾਈਆਂ ਜਾਣ, ਉਹ ਕਿਤਾਬਾਂ ਹੌਲੀ ਹੌਲੀ ਵੰਡੀਆਂ ਜਾਣ ਅਤੇ ਜਿਹੜਾ ਪੁਰਾਣਾ ਹੈ ਉਹ ਡਿਮੋਲਿਸ਼ ਕਰ ਦਿੱਤਾ ਜਾਵੇ, ਉਸ ਨੂੰ ਪਾਸੇ ਸਿੱਟ ਦਿੱਤਾ ਜਾਵੇ, ਅਤੇ ਹੌਲੀ ਹੌਲੀ ਕੀ ਹੋਏਗਾ, ਜਿਹੜੀ ਨਵੀਂ ਜਨਰੇਸ਼ਨ ਹੋਏਗੀ, ਨਵੀਂ ਪੀੜ੍ਹੀ ਹੋਏਗੀ, ਉਸ ਨਵੇਂ ਇਤਿਹਾਸ ਨੂੰ ਮੰਨ ਲਵੇਗੀ ਕਿ ਇਹੋ ਹੀ ਸਾਡਾ ਇਤਿਹਾਸ ਹੈ। ਕੁਝ ਇਹੋ ਜਿਹਾ ਹੀ ਜਿਹੜਾ ਹੈ ਸਿੱਖ ਕੌਮ ਦੇ ਨਾਲ ਵੀ ਇਸ ਟਾਈਮ ਵਾਪਰ ਰਿਹਾ, ਇਸ ਸਮੇਂ ਵਾਪਰ ਰਿਹਾ ਹੈ। RSS ਦੇ ਵੱਲੋਂ ਤਕਰੀਬਨ 3 ਕਿਤਾਬਾਂ ਜਿਹੜੀਆਂ ਨੇ ਉਹ ਛਾਪੀਆਂ ਗਈਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ, 40 ਸਫ਼ਿਆਂ ਦੀਆਂ ਕਿਤਾਬਾਂ ਨੇ, ਔਰ ਉਸ ਦੇ ਵਿੱਚ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਬਹੁਤ ਹੀ ਵੱਡੇ ਪੱਧਰ 'ਤੇ ਛੇੜਛਾੜ ਕੀਤੀ ਗਈ ਹੈ। ਔਰ ਜੇ ਆਪਾਂ ਕਹੀਏ ਕਿ ਇਹਨਾਂ ਕਿਤਾਬਾਂ ਦਾ ਜਿਹੜਾ ਕੋਈ ਨੋਟਿਸ ਹੈ, ਅਜੇ ਤੱਕ ਚੰਗੇ ਤਰੀਕੇ ਦੇ ਨਾਲ ਨੋਟਿਸ ਨਾ ਸਾਡੀਆਂ ਸਿਰਮੌਰ ਜਥੇਬੰਦੀਆਂ ਨੇ ਲਿਆ ਅਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ। ਔਰ ਇਹਨਾਂ ਕਿਤਾਬਾਂ ਦੇ ਵਿੱਚ ਜੋ ਲਿਖਿਆ ਹੋਇਆ ਹੈ, ਐਜ਼ ਏ ਸਿੱਖ ਹੋਣ ਦੇ ਨਾਤੇ ਅਸੀਂ ਤਾਂ ਉਹਨੂੰ ਪੜ੍ਹ ਵੀ ਨਹੀਂ ਸਕਦੇ, ਪਰ ਫਿਰ ਵੀ ਸਾਡੇ ਦਰਸ਼ਕਾਂ ਨੂੰ ਜਾਗਰੂਕ ਕਰਨ ਲਈ ਸਾਨੂੰ ਥੋੜ੍ਹਾ ਬਹੁਤਾ ਦੱਸਣਾ ਪਵੇਗਾ। ਇਹਨਾਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਨਾਲ ਹੀ ਗੁਰੂ ਸਾਹਿਬਾਨ ਨੂੰ ਬ੍ਰਾਹਮਣਵਾਦੀ ਰਵਾਇਤਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਇਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ, ਕਿਤਾਬ ਦਾ ਇਹ ਜਿਹੜਾ ਲੇਖ ਹੈ, ਕਿਤਾਬ ਦਾ ਸਿਰਲੇਖ ਹੈ, ਉਸਦਾ ਨਾਮ ਗੁਰੂ ਗੋਬਿੰਦ ਸਿੰਘ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਯਾਦ ਰਹੇ, ਜੇ ਤੁਸੀਂ ਆਪਣੇ ਦੇਸ਼ ਦਾ ਕਲਿਆਣ ਚਾਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਨੂੰ ਗੁਰੂ ਗੋਬਿੰਦ ਸਿੰਘ ਬਣਨਾ ਪਵੇਗਾ, ਭਾਵੇਂ ਕਿ ਤੁਹਾਨੂੰ ਦੇਸ਼ ਵਾਸੀਆਂ ਨੂੰ ਸੈਂਕੜੇ ਦੇਸ਼ ਦਿਖਾਈ ਦੇਣ, ਲੇਕਿਨ ਧਿਆਨ ਰੱਖਣਾ ਉਹਨਾਂ ਵਿੱਚ ਹਿੰਦੂ ਖੂਨ ਹੈ। ਮਤਲਬ ਉਹ ਕਹਿੰਦੇ ਨੇ ਕਿ ਸੈਂਕੜੇ ਲੋਕ ਭਾਵੇਂ ਤੁਹਾਨੂੰ ਦੇਸ਼ ਦੇ ਵਿੱਚ ਦਿਖਦੇ ਹਨ, ਪਰ ਜਿਹੜਾ ਖੂਨ ਹੈ ਉਹ ਹਿੰਦੂ ਖੂਨ ਹੈ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜਿਹੜੀ ਕਿਤਾਬ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਆਖਰ ਬਾਦਸ਼ਾਹ ਨੇ ਉਹਨਾਂ ਨੂੰ ਗਊ ਦੀ ਖੱਲ ਵਿੱਚ ਸਿਉਣ ਦਾ ਹੁਕਮ ਦਿੱਤਾ। ਇੱਕ ਗਾਂ ਕੱਟ ਕੇ ਉਸ ਦੀ ਖੱਲ ਉਤਾਰੀ ਗਈ। ਗੁਰੂ ਜੀ ਨੂੰ ਗਊ, ਗੁਰੂ ਜੀ ਬਹੁਤ ਵੱਡੇ ਗਊ ਭਗਤ ਸਨ ਅਤੇ ਉਹ ਮਨ ਦੀ ਮਨ ਉਚਾਟ ਹੋਏ। ਉਹਨਾਂ ਕਿਹਾ ਕਿ ਇੱਕ ਆਖਰੀ ਇੱਛਾ ਹੈ ਕਿ ਗਊ ਖੱਲ ਸਲਾਈ ਤੋਂ ਪਹਿਲਾਂ ਰਾਵੀ ਨਦੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਨ। ਮਤਲਬ ਜਿਹੜੀਆਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਉਹ ਲਿਖੀਆਂ ਗਈਆਂ ਇਸ ਦੇ ਵਿੱਚ, ਗੁਰੂ ਸਾਹਿਬ ਨੂੰ ਗਊ ਪੂਜਕ ਦੱਸਿਆ ਗਿਆ। ਉਸ ਤੋਂ ਬਾਅਦ ਇੱਕ ਹੋਰ ਕਿਤਾਬ ਦੇ ਵਿੱਚ ਇਹ ਲਿਖਿਆ ਗਿਆ ਕਿ 1699 ਦੀ ਵਿਸਾਖੀ ਦੇ ਮੌਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਮੰਗੇ ਤਾਂ ਪਹਿਲਾਂ ਤੋਂ ਹੀ ਤੰਬੂ ਦੇ ਅੰਦਰ ਬੱਕਰੇ ਬੰਨੇ ਹੋਏ ਸਨ। ਔਰ ਇਹ ਚੀਜ਼ਾਂ ਉਹ ਛਾਪ ਰਹੇ ਹਨ, ਇਹ ਚੀਜ਼ਾਂ ਉਹ ਫੋਟੋ ਬਣਾ ਕੇ ਵੀ ਲਗਾ ਰਹੇ ਹਨ, ਔਰ ਬੜੀ ਸ਼ਰਮਨਾਕ ਗੱਲ ਹੈ ਕਿ ਸਾਡੀਆਂ ਸੰਸਥਾਵਾਂ ਇਸ ਚੀਜ਼ ਦਾ ਜਿਹੜਾ ਨੋਟਿਸ ਹੈ ਉਹ ਨਹੀਂ ਲੈ ਰਹੀਆਂ। ਕਹਿੰਦਾ ਸਾਹਿਬ, RSS ਦੇ ਇਸ ਹਮਲੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਸਰਦਾਰ ਜਗਜੀਤ ਸਿੰਘ ਜੀ, ਕਿ ਗੱਲ ਬੜੀ ਸਿੱਧੀ ਹੈ ਵੀ ਇਹਨਾਂ ਨੂੰ ਆਪਨੇ ਦੱਸ ਦਿੱਤਾ ਕਿ ਉਹ ਸਿੱਧ ਕਰਨਾ ਚਾਹੁੰਦੇ ਕਿ ਜਿਹੜੇ ਗੁਰੂ ਸਾਹਿਬਾਨ ਸੀ ਇਹ ਵੀ ਬ੍ਰਾਹਮਣੀ ਵਿਚਾਰਧਾਰਾ ਦੇ ਧਾਰਨੀ ਸੀ ਜੀ। ਆ ਪਿੱਛੇ ਜੇ ਆਪਨੇ ਦੇਖ ਲਿਆ ਹੋਣਾ ਕਿ ਜਾਤ ਪਾਤ ਦੇ ਧਾਰਨੀ ਗੁਰੂ ਸਾਹਿਬ, ਐਸਾ ਪ੍ਰਚਾਰ ਕੀਤਾ ਜਾ ਰਿਹਾ। ਬਿਲਕੁਲ, ਅਰਦਾਸ ਦੇ ਵਿੱਚ ਇਹ ਗੱਲ ਕਹੀ ਗਈ ਔਰ ਦਰਬਾਰ ਸਾਹਿਬ ਦੇ ਵਿੱਚ ਕਹੀ ਗਈ, ਹਾਂ, ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਆਪਾਂ ਵਾਰ ਵਾਰ ਇਹ ਗੱਲ ਕੀ ਕਹਿ ਰਹੇ ਹਾਂ ਕਿ ਉਹਨਾਂ ਨੇ ਤਾਂ ਕਹਿਣਾ ਜੀ। ਹੁਣ ਦੁੱਖ ਇਸ ਗੱਲ ਦਾ ਸਰਦਾਰ ਜਗਜੀਤ ਸਿੰਘ ਜੀ, ਕਿ ਸਾਡੇ ਕੋਲ ਇੱਕੋ ਇੱਕ ਧਰਮ ਪ੍ਰਚਾਰ ਕਮੇਟੀ ਦਾ ਇੱਕ ਵਿੰਗ ਹੈ, ਸੋਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਜੀ, ਜਿਹਦੇ 'ਚ ਇਹਨਾਂ ਦੇ ਕੋਲ ਸਿੱਖ ਇਤਿਹਾਸ ਰਿਸਰਚ ਦਾ ਇੰਚਾਰਜ ਵੀ ਹੈ, ਜਿਹਦੇ ਕੋਲ ਇਹਨਾਂ ਦਾ ਆਪਣਾ ਜਨਰਲ ਸੈਕਟਰ ਵੀ ਹੈ, ਜਿਹਦੇ ਕੋਲ ਇਹ ਸ਼੍ਰੋਮਣੀ ਕਮੇਟੀ ਕੋਲ ਆਪਣਾ ਮੀਡੀਆ ਇੰਚਾਰਜ ਵੀ ਹੈ ਜੀ, ਔਰ ਇਹ ਸਾਰੇ ਸਿੱਖ ਧਰਮ ਦੇ ਸਿਧਾਂਤ ਨੂੰ ਬਾਖੂਬੀ ਜਾਣਦੇ ਹੈ, ਇਹਨਾਂ ਨੂੰ ਪਤਾ। ਫੇ ਹੁਣ ਬਹਾਨਾ ਜਿਹਾ ਪਾ ਦੇਣਾ ਵੀ ਇਹ ਜੀ ਅਸੀਂ ਕਮੇਟੀ ਬਣਾਵਾਂਗੇ ਜੀ, ਉਹ ਭਾਈ ਕਮੇਟੀ ਤਾਂ ਬਣਾਉਣੀ ਪੈਂਦੀ ਹੈ ਜੇ ਕੋਈ ਗੱਲ ਰੋਲੇ ਵਾਲੀ ਹੋਵੇ। ਇੱਥੇ ਤਾਂ ਰੋਲਾ ਹੈ ਹੀ ਨਹੀਂ ਕਿ ਸਿੱਖ ਧਰਮ ਦਾ ਸਿਧਾਂਤ ਆ ਜੀ। ਸਿੱਖ ਧਰਮ ਦਾ ਸਿਧਾਂਤ ਬੜਾ ਸਿੱਧਾ ਕਿ ਜਿਹੜਾ ਦੇਖੋ ਸ਼ੁਰੂ ਤੋਂ ਲੈ ਕੇ ਇਹ ਜਿਹੜਾ ਸਿੱਖ ਧਰਮ ਆ ਇਹ ਬਿਲਕੁਲ ਵੱਖਰਾ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ ਜੀ। ਜਗਜੀਤ ਸਿੰਘ ਜੀ, 2 ਮਿੰਟ ਜ਼ਿਆਦਾ ਲੱਗ ਸਕਦੇ ਪਰ ਥੋੜ੍ਹਾ ਜਿਹਾ ਨੂੰ ਆਪਾਂ ਲਿਆਉਣਾ ਚਾਹੁੰਦੇ ਇੱਥੇ ਵੀ ਇਹ ਸਭ ਕੁਛ ਕਿਉਂ ਕੀਤਾ ਜਾ ਰਿਹਾ, ਜਾਂ ਗੁਰੂ ਨਾਨਕ ਨੂੰ ਤਾਂ ਗੁਰੂ ਗੋਬਿੰਦ ਸਿੰਘ ਨੂੰ ਵੱਖ ਕਿਉਂ ਕੀਤਾ ਜਾ ਰਿਹਾ? ਦੇਖੋ, ਗੁਰੂ ਨਾਨਕ ਸਾਹਿਬ ਨੇ ਜਿਹੜੀ ਇਹਦੇ ਪੰਥ ਦੀ ਜਾਂ ਸਿੱਖ ਧਰਮ ਦੀ ਨੀਂਹ ਰੱਖੀ, ਇਹਦੇ 3 ਨਿਸ਼ਾਨੇ ਬੜੇ ਸਿੱਧੇ ਸੀਗੇ। ਪਹਿਲਾ ਨਿਸ਼ਾਨਾ ਸੀ ਕਿ ਮਨੁੱਖ ਜਾਤੀ ਦੀ ਮੁਕੰਮਲ ਆਜ਼ਾਦੀ, ਬਰਾਬਰੀ ਦਾ ਆਦਰਸ਼ ਦਾ ਪ੍ਰਚਾਰ ਕਰਨਾ। ਦੂਜਾ, ਇਸ ਆਦਰਸ਼ ਦੀਆਂ ਨੀਹਾਂ ਉੱਤੇ ਇੱਕ ਨਵਾਂ ਸਮਾਜ, ਨਿਰਮਲ ਪੰਥ ਉਸਾਰਨਾ। ਤੀਸਰਾ ਨਿਸ਼ਾਨਾ ਸੀ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ, ਗੁਰੂ ਨਾਨਕ ਦੇਵ ਦਾ ਮਿਸ਼ਨ। ਹੁਣ ਗਾਂਹ ਚੱਲਦੇ ਹਾਂ ਕਿ 5ਵੇਂ ਪਾਤਸ਼ਾਹ ਨੇ, ਸਾਰਾ ਨਹੀਂ ਅਸੀਂ ਵਿਸਤਾਰ ਕਰ ਸਕਦੇ, ਮੈਂ ਸਿਰਫ ਉਹ ਤੱਤ 'ਤੇ ਗੱਲ ਲਿਆਉਣ ਲੱਗਾ ਜੀ, ਵੀ ਜਦ ਇਹ ਸਪਸ਼ਟ ਹੋ ਚੁੱਕਾ ਕਿ ਸਿੱਖ ਪੰਥ ਸਿੱਖ ਧਰਮ ਦੀ ਬਿਲਕੁਲ ਨਿਆਰੀ ਅਤੇ ਵੱਖਰੀ ਹੋਂਦ ਹੈ,
1604 ਈਸਵੀ ਵਿੱਚ ਪੰਜਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਤੋਂ ਇੱਕ ਨਵਾਂ ਐਲਾਨ ਕੀਤਾ। ਜਦੋਂ ਆਪ ਪੋਥੀ ਸਾਹਿਬ ਦੀ ਸੰਪਾਦਨਾ ਕਰਕੇ ਦਰਬਾਰ ਸਾਹਿਬ ਪਹੁੰਚੇ ਤਾਂ ਸੋਚ ਵਿਚਾਰ ਤੋਂ ਬਾਅਦ ਸੰਕੇਤ ਪੰਥ ਨੂੰ ਦਿੱਤੇ ਕਿ ਇਹ ਪੋਥੀ ਪਰਮੇਸ਼ਰ ਕਾ ਥਾਨ ਜੀ। ਔਰ ਦੂਸਰਾ ਕਿ ਜਦੋਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਤੁਸੀਂ ਸੁੱਖ ਆਸਣ ਕਿੱਥੇ ਕਰਨਾ, ਉਹ ਕਹਿੰਦੇ ਇਹਨਾਂ ਨੂੰ ਪਲੰਘ 'ਤੇ ਕਰੋ ਅਤੇ ਅਸੀਂ ਆਸਣ ਆਪਣਾ ਪੰਜੇ ਕਰਾਂਗੇ ਜੀ। ਇਸ ਤੋਂ ਇਲਾਵਾ ਆਪਨੇ ਇੱਕ ਐਨ ਇਹ ਐਲਾਨਨਾਮਾ ਕਲੀਅਰ ਕੀਤਾ ਪੋਥੀ ਪਰਮੇਸ਼ਰ ਕਾ ਥਾਨ। ਅੱਜ ਤੱਕ ਜਿੰਨੇ ਵੀ ਧਰਮ ਹੋਏ ਆ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਦਾ ਸਥਾਨ ਹਮੇਸ਼ਾ ਹੀ ਉਹਨਾਂ ਦੇ ਪੈਗੰਬਰਾਂ ਤੋਂ ਨਹੀਂ ਮਾਰਿਆ ਜੀ। ਅੱਬਲ ਤਾਂ ਆਪਣੀ ਹਾਜ਼ਰੀ 'ਚ ਕਿਸੇ ਨੇ ਲਿਖਿਆ ਹੀ ਨਹੀਂ, ਬਿਲਕੁਲ ਲਿਖਿਆ ਵੀ ਹੋਊ ਤਾਂ ਉਹਨਾਂ ਦਾ ਦਰਜਾ ਜਿਹੜਾ ਉਹਨਾਂ ਨਾਲੋਂ ਨੀਵਾਂ। ਦੂਸਰਾ ਕਿਸੇ ਵੀ ਧਰਮ ਵਿੱਚ ਉਹਨਾਂ ਦੀ ਧਰਮ ਪੁਸਤਕ ਨੂੰ ਰੱਬ ਦਾ ਸਥਾਨ ਨਹੀਂ ਦਿੱਤਾ ਗਿਆ ਜੀ। ਇੱਕ ਗੱਲ, ਦੁਨੀਆ ਭਰ ਵਿੱਚ ਕੇਵਲ ਅਤੇ ਕੇਵਲ ਸਿੱਖ ਧਰਮ ਇੱਕ ਐਸਾ ਵਿਲੱਖਣ ਧਰਮ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੋਈ। ਬਿਲਕੁਲ। ਹੁਣ ਜਦ ਇਹ ਸਪਸ਼ਟ ਸਿਧਾਂਤ ਜਿਹੜਾ ਸਾਡੇ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਪਤਾ ਅਤੇ ਫਿਰ ਉਹ ਇਹ ਬਹਾਨਾਬਾਜ਼ੀ ਕਿਉਂ ਕਰਦੇ ਆ ਵੀ ਅਸੀਂ ਜੀ ਇਹ ਕਮੇਟੀ ਬਣਾ ਕੇ ਪਤਾ ਕਰਦੇ ਹਾਂ ਜੀ। ਔਰ ਆਹ ਜੋ ਮੈਂ ਤੁਹਾਨੂੰ ਦੱਸਣ ਲੱਗਾ ਜਗੀਰ ਸਿੰਘ ਜੀ, ਇਹ ਕਮੇਟੀਆਂ ਦੀ ਬਹਾਨਾਬਾਜ਼ੀ ਕੀਤੀ ਜਾ ਰਹੀ, ਉਹ ਖੁਦ ਕਿੰਨਾ ਕੁਛ ਲਿਖਾ ਰਹੇ ਆ ਸ਼੍ਰੋਮਣੀ ਕਮੇਟੀ ਵੱਲੋਂ। ਆਹ ਮੈਂ ਆਖਰੀ ਮਿਸਾਲ 2 ਮਿੰਟ 'ਚ ਦੇ ਕੇ ਆਪਾਂ ਗਾਂ ਚੱਲਦੇ ਹਾਂ ਜਾਂ ਸਮਾਪਤੀ ਹੋਣ ਵਾਲੀ ਹੈ। ਹੁਣ ਇਹਨਾਂ ਨੇ ਜਸਬੀਰ ਸਿੰਘ ਡਾਕਟਰ ਸਾਬਰ ਕੋਲੋਂ ਕਿਤਾਬਾਂ ਛਪਾਉਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਕਿ ਸਿੱਖ ਧਰਮ ਦਾ ਅਧਿਐਨ ਦਾ ਕੋਰਸ, ਉਹਦੇ ਕੋਰਸ ਲਈ ਜੀ। ਸਿੱਖ ਧਰਮ ਅਧਿਐਨ ਕੋਰਸ ਦੀਆਂ ਕਿਤਾਬਾਂ 'ਚ ਡਾਕਟਰ ਸਾਹਿਬ ਨੇ ਸਾਬਰ ਨੇ ਜੋ ਰੋਲ ਕਚੋਲਾ ਪਾਇਆ ਉਹ ਆਪਣੇ ਵਿੱਚ ਕਈ ਸ਼ੰਕੇ ਖੜ੍ਹੇ ਕਰਦੀ ਹੈ। 2 ਕਿਤਾਬਾਂ ਕੇਵਲ ਸਿੱਖ ਗੁਰੂ ਸਾਹਿਬਾਨ ਗੁਰ ਇਤਿਹਾਸ ਦੀ ਜਾਣਕਾਰੀ ਸਮੇਤ ਸਿੱਖ ਰਹਿਤ ਮਰਿਆਦਾ ਤੋਂ ਬਾਅਦ ਪੰਥ ਦੇ ਮਹਾਨ ਵਿਦਵਾਨ ਕਹਾਉਣ ਵਾਲੇ ਡਾਕਟਰ ਸਾਬਰ ਨੇ ਕਿਸੇ ਲੁਕਵੀਂ ਸਾਜਿਸ਼ ਤਹਿਤ ਸਿੱਖਾਂ ਦੀਆਂ ਇਤਿਹਾਸਕ ਵਿੱਚ ਹੋਈਆਂ ਵਡਬੁੱਲੀਆਂ ਕੁਰਬਾਨੀਆਂ ਨੂੰ ਦਰਕਿਨਾਰ ਕਰਕੇ ਸਿੱਧੇ ਹਿੰਦੂ ਧਰਮ ਦੇ ਇਤਿਹਾਸ, ਧਾਰਮਿਕ ਗ੍ਰੰਥਾਂ ਅਤੇ ਹਿੰਦੂ ਧਰਮ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਆਰੰਭ ਕੀਤੀ ਹੈ। ਕਿਤਾਬ ਵਿੱਚ ਡਾਕਟਰ ਸਾਬਰ ਨੇ ਰਿਗਵੇਦ, ਸ਼ਾਮਵੇਦ, ਯਜੁਰਵੇਦ, ਅਥਰਵਵੇਦ ਦੇ 10 ਮੰਡਲਾਂ ਜੀ, 1028 ਸੂਤਕਾਂ ਦੇ ਨਾਲ ਨਾਲ ਰਿਗਵੇਦ ਦੀਆਂ 10552 ਰਚਾਵਾਂ ਅਤੇ ਕੁੱਲ ਸ਼ਬਦਾਂ ਦੀ ਗਿਣਤੀ ਤੱਕ ਦਿੱਤੀ ਗਈ ਹੈ। ਡਾਕਟਰ ਸਾਬਰ ਨੇ ਸਿੱਖ ਧਰਮ ਅਧਿਐਨ ਕੋਰਸ ਵਿੱਚ ਵੇਦਾਂ, ਉਪਵੇਦਾਂ ਤੋਂ ਇਲਾਵਾ ਸਿਮਰਤੀਆਂ, ਭਗਵਤ ਗੀਤਾ, ਭਗਤੀ ਯੋਗ, ਗਿਆਨ ਯੋਗ ਆਦਿ ਦੀ ਜਾਣਕਾਰੀ ਦੇ ਨਾਲ ਨਾਲ ਗੀਤਾ ਦੇ 18 ਅਧਿਆਏ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਦੇ ਵਿਰੋਧੀ ਰਹੇ ਉਦਾਸੀ ਨਿਰਮਲਿਆਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦੇ ਕੇ ਸਿੱਖਾਂ ਦੇ ਵਿਰੋਧੀਆਂ ਨੂੰ ਖੁਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੈਰਾਨੀ ਦੀ ਗੱਲ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖ ਧਰਮ ਅਧਿਐਨ ਕੋਰਸ ਕਰਾਉਣ ਦਾ ਦਾਅਵਾ ਕਰਨ ਵਾਲਾ ਡਾਕਟਰ ਸਾਬਰ ਬਾਬਾ ਸ਼੍ਰੀ ਚੰਦ ਬਾਰੇ ਵੀ ਵਿਦਿਆਰਥੀਆਂ ਨੂੰ ਪੂਰਨ ਤੌਰ 'ਤੇ ਯਾਦ ਕਰਵਾ ਰਿਹਾ ਹੈ। ਹੁਣ ਕਿਤਾਬਾਂ ਆ ਸਿੱਖ ਧਰਮ ਦੇ ਅਧਿਐਨ ਦੇ ਕੋਰਸ ਦੀਆਂ ਅਤੇ ਪੜ੍ਹਾਇਆ ਆ ਜਾ ਸ਼੍ਰੋਮਣੀ ਕਮੇਟੀ ਛਾਪ ਰਹੀ ਹੈ ਕਿਤਾਬਾਂ। ਹਾਂਜੀ, ਉਹੀ ਛਾਪਦੇ ਨਾ ਜੀ ਜੀ। ਇਹ ਸਾਬਰ ਤਨਖਾਹ ਉਹਨਾਂ ਕੋਲੋਂ ਲੈ ਰਿਹਾ ਨਾ ਜੀ। ਕਿਹਾ ਇਹ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਸਿੱਖ ਧਰਮ ਦੇ ਅਧਿਐਨ ਦਾ ਕੋਰਸ, ਸਿੱਖ ਧਰਮ ਦੇ ਅਧਿਐਨ ਦੇ ਕੋਰਸ ਲਈ 2 ਕਿਤਾਬਾਂ ਛਾਪੀਆਂ ਗਈਆਂ ਜਿਨ੍ਹਾਂ 'ਚ ਸਭ ਕੁਛ ਡਾਕਟਰ ਸਾਬਰ ਨੇ ਲਿਖਿਆ ਜੋ ਮੈਂ ਪੜ੍ਹ ਕੇ ਦੱਸਿਆ, ਜਿਹੜਾ ਪੂਰਨ ਤੌਰ 'ਤੇ ਹਿੰਦੂ ਧਰਮ ਦਾ ਪ੍ਰਚਾਰ ਆ। ਔਰ ਇਹ ਕਿਤੇ ਨਾ ਕਿਤੇ ਜਿਹੜਾ ਸਵਾਲੀਆ ਚਿੰਨ੍ਹ ਹੈ ਸਾਡੀਆਂ ਸੰਸਥਾਵਾਂ 'ਤੇ ਵੀ ਲੱਗ ਜਾਂਦਾ ਹੈ। ਔਰ ਦੂਸਰੇ ਬੰਨੇ ਜੇ ਕਹੀਏ ਸੰਗਤਾਂ ਜਿੱਥੇ ਬਾਕੀ ਦੇ ਮੋਰਚੇ ਲਾਉਂਦੀਆਂ ਹਨ ਜਾਂ ਬਾਕੀ ਜਾਗਰੂਕ ਹੁੰਦੀਆਂ ਹਨ, ਇਹੋ ਜਿਹਾ ਲੋਕਾਂ ਬਾਰੇ ਵੀ ਜਿਹੜਾ ਹੈ ਜਾਗਰੂਕ ਹੋਣਾ ਸੰਗਤਾਂ ਦਾ ਫਰਜ਼ ਬਣਦਾ। ਔਰ ਕਿਤੇ ਨਾ ਕਿਤੇ ਜਿਹੜਾ ਹੈ ਡੰਡਾ ਸਾਨੂੰ ਆਪਣੀਆਂ ਸੰਸਥਾਵਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਰੱਖਣਾ ਪਵੇਗਾ, ਸਾਨੂੰ ਜਾਗਰੂਕ ਹੋਣਾ ਪਵੇਗਾ ਕਿ ਅਸੀਂ ਉਹਨਾਂ ਨੂੰ ਕੁਸ਼ਚਨ ਪੁੱਟ ਕਰ ਸਕੀਏ ਕਿ ਭਾਈ ਜੇ ਆਹ ਹੋ ਰਿਹਾ ਤਾਂ ਕਿਉਂ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜੇ ਕੁਛ ਗਲਤ ਫੈਸਲੇ ਲਏ ਜਾਂਦੇ ਨੇ ਤਾਂ ਸਾਨੂੰ, ਅਸੀਂ ਉਹਨਾਂ ਨੂੰ ਇਲੈਕਟਡ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਉਹ
ਲੈ ਕੇ ਆਉਂਦੇ ਹਾਂ ਅਤੇ ਕਿਤੇ ਨਾ ਕਿਤੇ ਸਾਨੂੰ ਸੋਚਣਾ ਪਵੇਗਾ ਕਿ ਕੀ ਇਹ ਗੱਲ ਕੀ ਹੈ ਜਾਂ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣਾ ਪਵੇਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਇਸ ਦਾ ਜਿਹੜਾ ਜਵਾਬ ਹੈ ਉਹ ਤੁਸੀਂ ਸਾਨੂੰ ਦਿਓ। ਔਰ ਦੂਸਰੇ ਬੰਨੇ ਬੜੀ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਚੇਅਰ ਹੈ ਉਸ ਨੂੰ ਫੰਡ ਨਹੀਂ ਦਿੱਤੇ ਜਾਂਦੇ, ਉਸ ਨੂੰ ਉੱਥੇ ਰੋਕ ਦਿੱਤਾ ਜਾਂਦਾ ਹੈ। ਔਰ ਦੂਸਰੇ ਬੰਨੇ ਜਿਹੜਾ ਹੈ ਸਤਿਗੁਰ ਰਾਮ ਸਿੰਘ ਦੀ ਚੇਅਰ ਹੈ ਉਸ ਨੂੰ ਜਿਹੜਾ ਪਹਿਲਾਂ ਤਾਂ ਉਸ ਗੱਲ ਨੂੰ ਕਹੀਏ ਕਿ ਸਤਿਗੁਰ ਰਾਮ ਸਿੰਘ ਦੀ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਥਾਪਿਤ ਕਰਨਾ ਹੀ ਗਲਤ ਹੈ, ਪਰ ਉਸਦੇ ਜੇ ਆਪਾਂ ਕਹੀਏ ਕਿ ਜਿਹੜੇ ਉਸਦੇ ਖੋਜ ਕਾਰਜ ਨੇ ਉਹ ਬੰਦ ਪਏ ਹੋਏ ਨੇ, ਪਰ ਜਿਹੜੀ ਸਤਿਗੁਰ ਰਾਮ ਸਿੰਘ ਵਾਲੀ ਜਿਹੜੀ ਚੇਅਰ ਹੈ ਉਸ ਨੂੰ ਪੂਰਾ ਪੈਸਾ ਮਿਲਿਆ, ਉਸ ਨੂੰ ਪੂਰੀ ਫੰਡਿੰਗ ਮਿਲੀ ਅਤੇ ਉਸ 'ਤੇ ਖੋਜ ਹੋ ਰਹੀ ਹੈ। ਖਹਿਰਾ ਸਾਹਿਬ ਕੀ ਕਹੋਗੇ ਇਸ ਦੇ ਬਾਰੇ? ਜਗਜੀਤ ਸਿੰਘ ਜੀ, ਇਹੀ ਹੈ ਕਿ ਦੇਖੋ ਇੱਕ ਬੰਨੇ 'ਤੇ ਪਹਿਲਾਂ ਹੀ ਉਹਨਾਂ ਦੀ ਸਤਿਗੁਰੂ ਰਾਮ ਸਿੰਘ ਦਾ ਗੁਰੂ ਨਾਨਕ ਯੂਨੀਵਰਸਿਟੀ 'ਚ ਚੇਅਰ ਸਥਾਪਿਤ ਕਰਨ ਦੀ ਕੋਈ ਤੁੱਕ ਨਹੀਂ, ਪਰ ਉਹਨਾਂ ਨੇ ਕਰ ਦਿੱਤੀ ਜੀ। ਉਹ ਵੀ ਹੁਣ ਕੀ ਕਰ ਰਹੇ ਆ ਨਾਮ ਧਾਰੀਏ ਵੀ ਜਿਹੜੀਆਂ ਆਪਣਾ ਇਸ ਯੂਨੀ ਖੋ ਚੇਅਰ ਤੋਂ ਲਿਖਵਾ ਰਹੇ ਨਾ ਜੀ ਕਿਤਾਬ ਜੀ ਜੀ, ਉਹਨਾਂ 'ਚ ਵੀ ਉਹ ਸਾਡੇ ਉਹਨਾਂ ਸਰੋਤਾਂ ਦੇ ਹਵਾਲੇ ਦੇ ਰਹੇ ਆ ਕਿ ਆਹ ਦੇਖੋ ਸਿੱਖ ਸਰੋਤਾਂ 'ਚ ਇੱਦਾਂ ਲਿਖਿਆ ਜਿਹਦੇ ਬਾਰੇ ਆਪਾਂ ਘੰਟਾ ਲਾਇਆ ਜੀ। ਇਹ ਤਾਂ ਹੋ ਗਈ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਦੀ ਚੇਅਰ ਸਥਾਪਿਤ ਕਰਕੇ ਅਤੇ ਫੰਡ ਵੀ ਉਹਨਾਂ ਨੂੰ ਦਿੰਦੇ ਆ ਅਤੇ ਦੂਜਿਆਂ ਨੂੰ ਨਹੀਂ ਦਿੰਦੇ। ਗੁਰੂ ਨਾਨਕ ਦੀ ਚੇਅਰ, ਗੁਰੂ ਗੋਬਿੰਦ ਸਿੰਘ ਦੀ ਚੇਅਰ ਨੂੰ ਕੋਈ ਫੰਡ ਨਹੀਂ ਮਿਲਦਾ ਜੀ। ਹੁਣ ਇਹਨਾਂ ਨੇ ਨਵੀਂ ਚੇਅਰ ਸਥਾਪ ਜਿਹੜੀ ਕੀਤੀ ਉਹ ਕੀਤੀ ਪੰਜਾਬ ਯੂਨੀਵਰਸਿਟੀ 'ਚ ਮਹਾਰਾਣਾ ਪ੍ਰਤਾਪ ਦੀ। ਔਰ ਜਦੋਂ ਮਹਾਰਾਣਾ ਪ੍ਰਤਾਪ ਦੀ ਚੇਅਰ ਸਥਾਪਿਤ ਕਰਨ ਗਏ ਤਾਂ ਉੱਥੇ ਜਾਂਦਾ ਆ ਪੰਜਾਬ ਦਾ ਰਾਜਪਾਲ ਜੀ। ਔਰ ਆਹ ਗੱਲ ਅਸੀਂ ਬਾਰ ਬਾਰ ਆਪ ਜੀ ਨੂੰ ਤਾਂ ਕਹਿ ਰਹੇ ਸਾਰੇ ਸਮੂਹ ਸਰੋਤਿਆਂ ਨੂੰ ਕਿ ਗੱਲਾਂ ਜੇ ਹੁਣ ਦੇਸ਼ਾਂ ਵਿਦੇਸ਼ਾਂ 'ਚ ਸਿੱਖਾਂ ਨੇ ਇਹਨਾਂ ਗੱਲਾਂ ਦਾ ਨੋਟਿਸ ਨਾ ਲਿਆ ਤਾਂ ਇਹ ਭਾਈ ਸਿੱਖ ਕੌਮ ਦੀ ਨਿਆਰੀ ਹੋਂਦ, ਖਾਲਸਾ ਧਰਮ ਦੀ ਨਿਆਰੀ ਹੋਂਦ ਬਿਲਕੁਲ ਉਹ ਖਤਮ ਕਰ ਦੇਣਗੇ ਜੀ। ਹੁਣ ਉਹਨੇ ਜਾ ਕੇ ਕੀ ਕਿਹਾ ਜਦੋਂ ਮਹਾਰਾਣਾ ਪ੍ਰਤਾਪ ਦੀ ਚੇਅਰ ਸਥਾਪਿਤ ਕੀਤੀ ਪੰਜਾਬ ਯੂਨੀਵਰਸਿਟੀ 'ਚ, ਹਾਲੇ ਆ ਥੋੜ੍ਹੇ ਦਿਨਾਂ ਦੀ ਗੱਲ। ਔਰ ਉਹ ਪੰਜਾਬ ਦਾ ਰਾਜਪਾਲ ਨੇ ਜਾ ਕੇ ਪਹਿਲੀ ਗੱਲ ਇਹ ਕਹੀ ਕਿ ਗੁਰੂ ਗੋਬਿੰਦ ਸਿੰਘ, ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਨਾ ਹੁੰਦੇ ਤਾਂ ਭਾਰਤ ਨਾ ਹੁੰਦਾ। ਹੁਣ ਜਗਜੀਤ ਸਿੰਘ ਜੀ, ਇਹ ਲਫ਼ਜ਼ ਤਾਂ ਤਿੰਨ ਆ ਪਰ ਐਡਾ ਵੱਡਾ ਸਿੱਖ ਧਰਮ 'ਤੇ, ਸਿੱਖ ਇਤਿਹਾਸ 'ਤੇ ਹਮਲਾ ਕਰ ਦੇਣਾ ਜੀ ਕਿ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਣਾ ਪ੍ਰਤਾਪ ਅਤੇ ਸ਼ਿਵਾਜੀ ਦੇ ਨਾਲ ਰਲਾ ਦੇਣਾ ਜੀ। ਪਹਿਲੀ ਤਾਂ ਗੱਲ ਆ ਕਿ ਇਹ ਬਿਲਕੁਲ ਹੀ ਗੈਰ ਸਿਧਾਂਤਕ ਗੱਲ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਲਈ ਪੈਗੰਬਰ ਆ ਜੀ। ਸਾਡਾ ਸਿੱਖ ਇਤਿਹਾਸ ਵੱਖਰਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ 'ਚ ਹੈ ਜੀ। ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਸਰੂਪ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਹਾਂ ਇੱਕ ਗੱਲ। ਹੁਣ ਇਹਨਾਂ ਦੇ ਨਾਂ ਰਲਾਉਣ ਦੀ ਕੀ ਤੁੱਕ ਬਣਦੀ ਹੈ? ਮਹਾਰਾਣਾ ਪ੍ਰਤਾਪ ਦਾ ਜੇ ਦੇਖੋ ਤਾਂ ਜਿਹੜਾ ਦਾਦਾ ਸੀ ਰਾਣਾ ਸੰਗਾ, ਉਹਨੇ ਹੀ ਬਾਬਰ ਨੂੰ ਸੱਦ ਕੇ ਲਿਆਂਦਾ ਸੀ। ਅੱਛਾ ਜੀ। ਹਿੰਦੁਸਤਾਨ 'ਤੇ ਇਹਦੇ ਦਾਦੇ ਨੇ, ਇਹਦੇ ਗਾਂਹ ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹ ਇਹਨਾਂ ਨੂੰ ਧੀਆਂ ਦੇ ਡੋਲੇ ਦੇ ਕੇ ਅਤੇ ਇਹਨਾਂ ਦੇ ਨਾਲ ਰੱਖਦੇ ਰਹੇ ਜੀ। ਹੁਣ ਭਲਿਓ ਮਾਣ ਸੁੱਖ, ਸ਼ਿਵਾਜੀ ਮਰਹੱਟੇ ਨੇ ਹਿੰਦੂਆਂ ਦਾ ਵੀ ਲਿਹਾਜ਼ ਨਹੀਂ ਕੀਤਾ, ਇਹਦੇ ਛੋਟੇ ਜਿਹੇ ਥਾਂ 'ਤੇ ਈਵਨ ਇਹ ਵੀ ਆਉਂਦਾ ਵੀ ਮੰਦਰ ਖੁੱਲ੍ਹ ਲੁੱਟਦਾ ਰਿਹਾ ਨਾ, ਇਹ ਭਾਰਤ ਕਦੇ ਇੱਕ ਸੀਗਾ ਜੀ, ਭਾਰਤ ਹੀ ਇੱਕ ਹੈ ਨਹੀਂ ਸੀ ਬਿਲਕੁਲ। ਔਰ ਤਕਰੀਬਨ 600 ਤੋਂ ਵੱਧ ਰਿਆਸਤਾਂ 'ਚ ਅੰਗਰੇਜ਼ਾਂ ਦੇ ਟਾਈਮ 'ਤੇ ਵੰਡਿਆ ਹੋਇਆ ਬਿਲਕੁਲ। ਹੁਣ ਇਹ ਕਹਿਣਾ, ਇਹ ਗੱਲ ਇਕੱਠੀ ਕਰਨੀ ਕਿ ਗੁਰੂ ਗੋਬਿੰਦ ਸਿੰਘ, ਮਹਾਰਾਣਾ ਪ੍ਰਤਾਪ, ਸ਼ਿਵਾਜੀ ਨਾ ਹੁੰਦੇ ਅਤੇ ਭਾਰਤ ਨਾ ਹੁੰਦਾ ਜੀ, ਇਹ ਜਗਜੀਤ ਸਿੰਘ ਜੀ ਸਾਡੇ 'ਤੇ ਬਹੁਤ ਵੱਡਾ ਹਮਲਾ, ਬਹੁਤ ਹੀ ਵੱਡਾ ਹਮਲਾ ਜੀ। ਹੁਣ ਗੁਰੂ ਗੋਬਿੰਦ ਸਿੰਘ ਨੂੰ ਤਾਂ ਤੁਸੀਂ ਦੁਨਿਆਵੀ ਤੌਰ 'ਤੇ ਵੀ ਭਾਈ, ਪਹਿਲੀ ਤਾਂ ਗੱਲ ਉਦੋਂ ਭਾਰਤ ਹੈ ਹੀ ਨਹੀਂ, ਤੀਜੀ ਗੱਲ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਗੁਰੂ ਨਾਨਕ ਦੇਵ ਦਾ ਪਹਿਲਾ ਮਿਸ਼ਨ ਸੀ ਕਿ ਜਾਤ ਪਾਤ ਰਹਿਤ ਪੰਥ ਉਹਨੂੰ ਹਲੀਮੀ ਰਾਜ ਲਈ ਤਿਆਰ ਕਰਨਾ, ਗੁਰੂ ਗੋਬਿੰਦ ਸਿੰਘ ਨੇ ਉਹ ਕੀਤਾ ਜੀ। ਅਤੇ ਇਹ ਸਾਰੇ ਜਾਤ ਪਾਤ 'ਚ ਬੱਧੇ ਹੋਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੂੰ ਨਾਲ ਰਲਾਇਆ ਹੀ ਕਿੱਦਾਂ ਜਾ ਸਕਦਾ ਬਿਲਕੁਲ। ਪਰ ਜਿਹੜੀ ਆਪਨੇ ਕਿਹਾ ਉਹ ਭਾਈ ਸਾਰਾ ਹੀ ਇਤਿਹਾਸ ਜਿਹੜਾ ਉਹ ਆਪਣੇ ਢੰਗ ਨਾਲ ਲਿਖਾ ਰਹੇ ਆ, ਉਹ ਲਿਖਾਉਣ, ਪਰ ਜਿਹੜਾ ਸਿੱਖ ਧਰਮ ਦਾ ਗੁਰੂ ਨਾਨਕ ਤੋਂ ਲੈ ਕੇ 1708 ਤੱਕ ਜੀ, 1708 ਤੋਂ 1799 ਤੱਕ 18ਵੀਂ ਸਦੀ ਦਾ ਲਹੂ ਭੇਜਿਆ ਇਤਿਹਾਸ ਜਿਹੜਾ ਭਾਈ, ਉਹਨੂੰ ਅਸੀਂ ਕਿੱਦਾਂ ਇਹਨਾਂ ਦੇ ਨਾਲ ਰਲਣ ਦੇਈਏ ਜੀ। ਇਹ ਇਸ ਵੇਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ, ਐਸਾ ਨਹੀਂ ਕਿ ਬੁੱਧੀਜੀਵੀਆਂ ਨੂੰ ਪਤਾ ਨਹੀਂ ਕੀ ਹੋ ਰਿਹਾ, ਪਰ ਉਹਨਾਂ ਸਾਰਿਆਂ ਨੂੰ ਆਪਣਾ ਆਪਣਾ ਇਹਦੇ 'ਚ ਜਿੰਨੇ ਯੋਗੇ ਹੈਗੇ ਆ ਇੱਕ ਲਹਿਰ ਬਣਾਉਣੀ ਚਾਹੀਦੀ ਹੈ ਕਿ ਸਿੱਖ ਕੌਮ ਦੀ ਇੱਕ ਵੱਖਰੀ ਹੋਂਦ ਆ ਜੀ, ਸਿੱਖ ਇੱਕ ਨਿਆਰਾ ਭਾਈ ਧਰਮ ਆ। 1699 ਤੋਂ ਬਾਅਦ ਅਸੀਂ ਬਿਲਕੁਲ ਵੱਖਰੇ ਜਾਣੇ ਜਾਂਦੇ ਹਾਂ,
ਔਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਰਬੰਸਦਾਨ ਕੀਤਾ ਤਾਂ ਆਪਣੇ ਪੰਥ ਤੋਂ ਕੀਤਾ, ਜਿਸ ਪੰਥ ਦੀ ਸਾਜਨਾ ਕੀਤੀ। ਇਹ ਸਪਸ਼ਟ ਬਚਨ ਸਾਨੂੰ ਮਿਲਦੇ ਆ, ਪੰਥ ਵਸੇ ਮੈਂ ਉਜੜਾਂ। ਬਿਲਕੁਲ, ਉਹਨਾਂ ਨੇ ਵਿਪਰਵਾਦੀਆਂ ਤੋਂ ਆਪਣਾ ਸਰਬੰਸਦਾਨ ਨਹੀਂ ਕੀਤਾ, ਇੱਥੇ ਤੱਕ ਕਿ ਗੁਰੂ ਗੋਬਿੰਦ ਸਿੰਘ ਦਾ ਸਪਸ਼ਟ ਫੈਸਲਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਫਿਰ ਭਾਈ ਅਸੀਂ ਕਿੱਦਾਂ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਵਿਪਰਦਾਨੀਆਂ ਨਹੀਂ ਮਾਰਿਆ? ਸੋ ਭਾਈ ਥੋੜ੍ਹਾ ਜਿਹਾ ਬਿਲਕੁਲ ਜੀ। ਅਤੇ ਅਖੀਰ 'ਤੇ ਜੇ ਆਪਾਂ ਕੀ ਕਿ ਘੱਲੂਘਾਰਿਆਂ ਦਾ ਜਿਹੜਾ ਟਾਈਮ ਹੈ, ਸਮਾਂ ਹੈ, ਉਹ ਚੱਲ ਰਿਹਾ ਹੈ, ਅਤੇ ਅਖੀਰ 'ਤੇ ਇੱਕ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਜ਼ਰੂਰੀ ਉਹ ਵੀ ਬਣਦੀ ਹੈ ਕਿ ਇਹ ਜਿਹੜਾ ਇਸ ਟਾਈਮ ਸਮਾਂ ਚੱਲ ਰਿਹਾ ਹੈ ਉਸ ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਵੀ ਹੋਇਆ ਸੀ, ਆਪਾਂ ਨੂੰ ਪਤਾ ਹੀ ਹੈ ਸਾਰਾ ਇਤਿਹਾਸ ਜਿਹੜਾ ਹੈ। ਸਿੱਖਾਂ ਨੇ ਫੌਜੀ ਤਾਕਤ ਦਾ ਤਾਂ ਜੁਝਾਰੂ ਸੁਰਾਂ ਨਾਲ ਮੁਕਾਬਲਾ ਕਰਕੇ ਦੁਸ਼ਟਾਂ ਨੂੰ ਸਜ਼ਾ ਦਿੰਦਿਆਂ ਇਤਿਹਾਸਿਕ ਪਰੰਪਰਾ ਦੀਆਂ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਹਨ, ਪਰ ਹੁਣ ਵਿਵਾਦਿਤ ਮੁੱਦਿਆਂ ਵਿੱਚ ਫਸ ਕੇ ਦੁਸ਼ਮਣ ਤਾਕਤਾਂ ਨਾਲ ਟੱਕਰ ਲੈਣ ਦੀ ਥਾਂ ਆਪਸ ਵਿੱਚ ਟੱਕਰਾਂ ਵਿਪਰਵਾਦੀ ਸੋਚ ਅਤੇ ਦੁਸ਼ਮਣ ਹਿੰਦ ਸਟੇਟ ਦੇ ਹੱਥਾਂ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ ਹੈ, ਅਤੇ ਧਰਮੀ ਰਾਜਨੀਤੀ ਨੂੰ ਸੁਰਜੀਤ ਕਰਨ ਦੀ ਥਾਂ ਰਾਜਨੀਤਿਕ ਪਿੜ ਪੰਥਕ ਵਿਰੋਧੀਆਂ ਲਈ ਖਾਲੀ ਕਰ ਛੱਡਿਆ ਹੈ। ਅਤੇ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਬਾਹਰਲੇ ਦੁਸ਼ਮਣ ਨੂੰ ਛੱਡ ਕੇ ਆਪਸ 'ਚ ਤਾਂ ਨਹੀਂ ਕਿਤੇ ਉਲਝੇ ਹੋਏ, ਅਸੀਂ ਆਪਸ 'ਚ ਤਾਂ ਨਹੀਂ ਕਿਤੇ ਲੜੀ ਜਾ ਰਹੇ, ਕਿਤੇ ਨਾ ਕਿਤੇ ਸਾਨੂੰ ਇਹ ਆਪਣੀ ਜਿਹੜੀ ਸਵੈ ਪੜਚੋਲ ਹੈ ਉਹ ਕਰਨੀ ਪਵੇਗੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਜਿਹੜਾ ਹੈ ਬਾਹਰਲੇ ਦੁਸ਼ਮਣ ਦਾ ਟਾਕਰਾ ਕਰਨਾ ਪਵੇਗਾ। ਜੋ ਸਾਡੇ 'ਤੇ ਸਿਧਾਂਤਕ ਹਮਲੇ RSS ਵੱਲੋਂ ਕੀਤੇ ਜਾ ਰਹੇ ਨੇ, ਸਾਡਾ ਫਰਜ਼ ਹੈ ਐਜ਼ ਏ ਮੀਡੀਆ ਅਸੀਂ ਤੁਹਾਨੂੰ ਦੱਸਣਾ, ਬਾਕੀ ਅੱਗੇ ਦਰਸ਼ਕਾਂ ਦਾ ਫਰਜ਼ ਹੈ ਕਿ ਉਹਨਾਂ ਨੇ ਜਾਗਰੂਕ ਹੋਣਾ, ਔਰ ਜਿੰਨੀ ਵੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਂਦੀ ਹੈ ਉਹ ਸਾਰੀ ਗੱਲ ਜਿਹੜੀ ਰੈਫਰੈਂਸਿਸ ਦੇ ਆਧਾਰਿਤ ਕੀਤੀ ਜਾਂਦੀ ਹੈ। ਅਤੇ ਖੈਰਾ ਸਾਹਿਬ ਅਖੀਰ 'ਤੇ ਕੁਛ ਕਹਿਣਾ ਚਾਹੋਗੇ? ਦੇਖੋ ਜਗਜੀਤ ਸਿੰਘ ਜੀ, ਅਖੀਰ 'ਤੇ ਦਾਸ ਦੀਆਂ ਦੋ ਬੇਨਤੀਆਂ ਜੀ ਕਿ ਸਿੱਖਾਂ ਦੀ ਵਿਰਾਸਤ ਗੁਰੂ ਗ੍ਰੰਥ ਗੁਰੂ ਪੰਥ ਇਹ ਸਿੱਖਾਂ ਦੀ ਵਿਲੱਖਣ ਹਸਤੀ ਨੂੰ ਕਾਇਮ ਰੱਖਣ ਲਈ ਜੀ, ਅਤੇ ਸਿੱਖ ਕੌਮ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਕੇਵਲ ਅਤੇ ਕੇਵਲ ਸਾਡੇ ਕੋਲ ਸਿਧਾਂਤ ਹੈ ਗੁਰੂ ਗ੍ਰੰਥ ਗੁਰੂ ਪੰਥ ਜੀ, ਅਤੇ ਭਾਈ ਜੋਤ ਅਤੇ ਜੁਗਤ। ਔਰ ਬੜਾ ਸਪਸ਼ਟ ਕਰਕੇ ਇੱਕ ਮਿੰਟ 'ਚ ਮੈਂ ਗੱਲ ਨਿਬੇੜ ਦਿੰਦਾ ਕਿ ਪੰਥ ਦਾ ਸਰੂਪ ਜਿਹੜਾ ਹੈ ਦੇਖੋ ਉਹ ਬੜਾ ਸਪਸ਼ਟ ਕਰਕੇ ਲਿਖਿਆ ਹੋਇਆ ਗੁਰੂ ਪੰਥ ਦੀ ਵਿਆਖਿਆ ਜਿਹੜਾ ਮਰਜ਼ੀ ਪੜ੍ਹ ਲਓ ਰਹਿਤ ਮਰਿਆਦਾ 'ਚ ਲਿਖੀ ਹੈ ਜੀ ਕਿ ਤਿਆਰ ਬਰਤਿਆਰ ਸਿੰਘਾਂ ਦੇ ਸਮੂਹ ਨੂੰ ਪੰਥ ਕਿਹਾ ਜਾਂਦਾ ਜੀ। ਇਹਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ ਜੀ, 10 ਗੁਰੂ ਸਾਹਿਬਾਨ ਇੱਕ ਥਾਂ ਆਉਂਦੇ ਆ, 10 ਗੁਰੂ ਸਾਹਿਬਾਨ ਨੇ ਕੀਤੀ। ਇਹਨੂੰ ਅੰਤਿਮ ਸਰੂਪ ਬੰਨ ਕੇ ਗੁਰਿਆਈ 10ਵੇਂ ਗੁਰੂ ਗੋਬਿੰਦ ਸਿੰਘ ਨੇ ਪੰਥ ਨੂੰ ਦਿੱਤੀ ਜੀ। ਹੁਣ ਕੀ ਆ ਦੂਜਾ, ਇਹ ਜਦੋਂ ਦੇਖਾਂਗੇ ਕਿ ਪੰਥ 'ਚ ਧੜਾ ਪ੍ਰਵਾਨ ਹੀ ਨਹੀਂ ਹੈ, ਗੁਰੂ ਪੰਥ 'ਚ ਧੜਾ ਹੀ ਪ੍ਰਵਾਨ ਨਹੀਂ ਜੀ, ਅਤੇ ਹੁਣ ਜਗਜੀਤ ਸਿੰਘ ਜੀ ਇਕੱਲੇ ਧੜੇ ਰਹਿ ਗਏ, ਪੰਥ ਤਰਿਆ ਹੀ ਨਹੀਂ। ਸੋ ਪੰਥ ਦੀ ਪੁਨਰ ਸੁਰਜੀਤੀ ਦੀ ਲੋੜ ਆ, ਸਿਧਾਂਤ 'ਤੇ ਮੁੜ ਕੇ ਵਿਚਾਰ ਕਰਨ ਦੀ ਲੋੜ ਆ, ਆਪਣੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਆ। ਆਹ ਜਿਹੜੀ ਮਿਲਾਵਟ ਇੰਨੀ ਵੱਡੀ ਪੱਧਰ 'ਤੇ ਪਾਈ ਪੈ ਰਹੀ ਹੈ ਇਹਦੇ ਬਾਰੇ ਹਰ ਸਾਰਿਆਂ ਨੂੰ ਜਿੰਨਾ ਯੋਗਦਾਨ ਪਾਉਣਾ ਇਹਦੇ ਬਾਰੇ ਕੋਈ ਲਹਿਰ ਬਣਾ ਕੇ ਪਾਉਣਾ ਚਾਹੀਦਾ ਵੀ ਇਹ ਸਾਡਾ ਇਤਿਹਾਸ ਕਿਉਂ ਵਿਗਾੜਿਆ ਜਾ ਰਿਹਾ, ਸਾਡੇ ਬੋਲਣ ਨਾਲ ਕਿ ਇਹਦੇ ਮਨ ਨੂੰ ਭਾਈ ਠੇਸ ਲੱਗੀ ਹੋਵੇ ਅਤੇ ਖਿਮਾ ਦੇ ਜਾ ਚੁੱਕਿਆ, ਕਿਉਂਕਿ ਸਾਡਾ ਕੰਮ ਤਾਂ ਜਿੱਦਾਂ ਸਰਦਾਰ ਜਗਜੀਤ ਸਿੰਘ ਨੇ ਕਿਹਾ ਜਾਗਰ ਕਰਨਾ ਹੈ। ਬਿਲਕੁਲ ਬਿਲਕੁਲ ਜੀ, ਅਤੇ ਧੰਨਵਾਦ ਕਰਦੇ ਹਾਂ ਅਸੀਂ ਜਥੇਦਾਰ ਮਹਿੰਦਰ ਸਿੰਘ ਖਹਿਰਾ ਹੋਣਾ ਦਾ, ਜਿਨ੍ਹਾਂ ਨੇ ਕਿ ਸਾਰੀ ਜਾਣਕਾਰੀ ਦਿੱਤੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇੰਨਾ ਹੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਫੀਡਬੈਕ ਦੇ ਸਕਦੇ ਹੋ 0121-55-00-1 'ਤੇ ਅਖੀਰ 'ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।